ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਗਰੀਬ ਨਿਵਾਸ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾ ਸਾਹਿਬ ਗੁਣੀ ਨਿਮਾਨਾ ਤੁਮਰੀ ਮਹਿਮਾ ਵਰਨ ਸਾਬੋ ਤੂੰ ਠਾਕੁਰ ਉਰਤ ਭਗਵਾਨਾ ਨਾਰਾਇਣ ਨਰਪਤ ਨਮਸਕਾਰ ਐਸੇ ਗੁਰਪੁਰ ਵੱਲ ਵੱਲ ਜਾਈਐ ਗੁਰਪੁਰ ਵੱਲ ਵੱਲ ਜਾਈਐ ਐਸੇ ਗੁਰਪੁਰ ਵੱਲ ਵੱਲ ਜਾਈਐ ਆਪ ਮੁਕਤ ਹੋਏ ਤਾਰੇ ਕਲਾ ਤਾਰ ਕੇ ਨਰਾਇਣ ਜਗ ਆ ਗਿਆ ਕਲਾ ਤਾਰ ਕੇ ਨਰਾਇਣ ਜਗ ਆ ਗਿਆ ਦੁਨੀਆਂ ਦੇ ਤਾਰ ਨੇ ਗਈ ਆਹ ਕੋਈ ਨਾ ਸੀ
ਨਾਰਾਇਣ ਨਰਪਤ ਨਮਸਕਾਰੇ ਐਸੇ ਗੁਰ ਕੋ ਵੱਲ ਵੱਲ ਜਾਈਏ ਆਪ ਮੁਕਤ ਮੋਹੇ ਤਾਰੇ। ਜਿਹੜਾ ਗੁਰੂ ਆਪ ਮੁਕਤ ਹੈ, ਕਾਮ ਤੋਂ ਮੁਕਤ ਹੈ, ਕ੍ਰੋਧ ਤੋਂ ਮੁਕਤ ਹੈ, ਹੰਕਾਰ ਤੋਂ ਮੁਕਤ ਹੈ। ਤੇ ਸਤਿਗੁਰ ਦੀ ਬਾਣੀ ਕਹਿੰਦੀ ਹੈ ਧਨ 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 ਜਨ ਆਇਆ। ਰੋਜ਼ਾਨਾ ਸੁਖਮਨੀ ਸਾਹਿਬ ਦੀ ਅਸ਼ਟਪਦੀ ਵਿੱਚ ਪੜ੍ਹਦੇ ਹਾਂ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਸਾਰਾ ਜਗਤ ਤਰ ਗਿਆ। ਜਨ ਆਵਨ ਕਾ ਹੈ ਸੌ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸਾਰੇ ਜਣੇ ਮਾਈ ਭਾਈ ਵੀਰ ਬਜ਼ੁਰਗ ਜਿਨ੍ਹਾਂ ਨੂੰ ਕਿਰਪਾ ਕਰਕੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਅਤੇ ਬਹੁਤ ਹੀ ਸਤਿਕਾਰਯੋਗ ਬਾਬਾ ਗੱਜਣ ਸ਼ਾਹ ਜੀਆਂ ਨੇ ਆਪਣੀ ਨਿੱਘੀ ਗੋਦ ਦੇ ਵਿੱਚ ਬਿਠਾਇਆ, ਚੰਗੇ ਕਰਮਾਂ ਦੀ ਨਿਸ਼ਾਨੀਆਂ ਗੁਰੂ ਦੇ ਦਰ ਦੇ ਉੱਤੇ ਆ ਜਾਣਾ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਗੁਰਦੁਆਰੇ ਦੇ ਉੱਤੇ ਆ ਕੇ ਸਾਨੂੰ ਸੋਝੀ ਪ੍ਰਾਪਤ ਹੋ ਜਾਂਦੀ ਹੈ, ਸਾਨੂੰ ਇਹ ਪਤਾ ਲੱਗ ਜਾਂਦਾ ਵੀ ਮੈਂ ਕਿਉਂ ਆਇਆ ਸੰਸਾਰ ਦੇ ਉੱਤੇ। ਇੱਕ ਪੰਕਤੀ ਆਪਾਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਸਾਂਝੀ ਕਰ ਲਈਏ ਤੇ ਆਪਾਂ ਨੂੰ ਸਾਰੇ ਜਣੇ ਨੂੰ ਇਹ ਨਾ ਕਿਤੇ ਮਨ ਦੇ ਵਿੱਚ ਵਹਿਮ ਰਹੇ ਵੀ ਅਸੀਂ ਨਿਰਾ ਆਪਣੇ ਬੱਚੇ ਪਾਲਣੀ ਆਏ ਹਾਂ, ਨਿਰੇ ਦੁਨਿਆਵੀ ਪਦਾਰਥ ਛਕਣ ਦੇ ਵਾਸਤੇ ਆਏ। ਸਤਿਗੁਰ ਜੀ ਨੂੰ ਪੁੱਛ ਲਈ ਮਹਾਰਾਜ ਜੇ ਸਾਡਾ ਜਨਮ ਹੋਇਆ ਧਰਤੀ ਦੇ ਉੱਤੇ ਅਸੀਂ ਕਿਉਂ ਆਏ ਹਾਂ, ਕੋਈ ਮਕਸਦ ਤਾਂ ਹੈ, ਅਸੀਂ ਸਾਜ ਲੈ ਕੇ ਆਏ ਹਾਂ, ਤਿੰਨ ਚਾਰ ਜਾਣੇ ਅਸੀਂ ਕੀਰਤਨ ਕਰਨ ਵਾਸਤੇ ਆਏ, ਮਕਸਦ ਤਾਂ ਹੈ ਨਾ। ਹੁਣ ਮਹਾਰਾਜ ਨੂੰ ਪੁੱਛ ਲਈ ਮਹਾਰਾਜ ਸਾਡਾ ਜਨਮ ਕਿਉਂ ਹੋਇਆ, ਤੇ ਸਤਿਗੁਰ ਜੀ ਕਹਿੰਦੇ ਆਇਓ ਸੁਣਨ ਪੜ੍ਹਨ ਕੋ ਬਾਣੀ, ਆ ਕੰਮ ਦੇ ਵਾਸਤੇ ਆਇਆ
ਨਾਮ ਵਿਸਾਰ ਲੱਗੇ ਅਨਲਾਲ ਚ ਬਿਰਥਾ ਜਨਮ ਪ੍ਰਾਣੀ। ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਆਹ ਵਾਰੀ ਜਿਹੜੀ ਤੈਨੂੰ ਮਿਲੀ ਹੈ ਇਹ ਪਰਮੇਸ਼ਵਰ ਦੇ ਨਾਲ ਮਿਲਾਪ ਕਰਨ ਦੇ ਵਾਸਤੇ ਮਿਲੀ ਹੈ। ਅਬਰ ਕਾਜ ਤੇਰੇ ਕੀਤੇ ਨਾਕਾਮ। ਜਿਹੜੇ ਕਹਿੰਦੇ ਆ ਨਾ ਮੇਰੇ ਕੋਲ ਤਾਂ ਵੇਲ ਹੀ ਨੇ ਕਦੋਂ ਗੁਰਦੁਆਰੇ ਚਲਿਆ ਜਾਵਾਂ, ਤੇ ਸਤਿਗੁਰੂ ਜੀ ਕਹਿੰਦੇ ਲੇਖੇ ਵਿੱਚ ਨਹੀਂ ਲੱਗਣੇ, ਕੰਮਾਂ ਤੋਂ ਬਿਨਾਂ ਜ਼ਿੰਦਗੀ ਨਹੀਂ, ਤੇ ਜਿਹੜੇ ਕੰਮ ਤੇਰੇ ਪਰਮੇਸ਼ਵਰ ਦੀ ਬੰਦਗੀ ਤੋਂ ਬਿਨੇ ਨੇ ਉਹ ਅਧੂਰੇ ਨੇ, ਉਹ ਲੇਖੇ ਦੇ ਵਿੱਚ ਨਹੀਂ ਲੱਗਣੇ। ਅਬਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੇ ਸੁਭਾਅ ਕੀ ਬਣ ਗਿਆ ਹੈ, ਰਾਤ ਪੈ ਜਾਂਦੀ ਹੈ ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਰ ਨਾਹੀ। ਰਾਤ ਨੂੰ ਅਸੀਂ ਸੌ ਜਾਂਦੇ ਹਾਂ ਤੇ ਦਿਨ ਚੜ੍ਹਦਾ ਫਿਰ ਦੁਨਿਆਵੀ ਧੰਦਿਆਂ ਵਿੱਚ ਲੱਗ ਜਾਂਦੇ, ਇਸੇ ਤਰ੍ਹਾਂ ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਘਟੇ ਤਨ ਛੀਜੈ, ਉਮਰ ਘੱਟ ਜਾਂਦੀ ਹੈ ਤੇ ਜਿਹੜਾ ਤਨ ਹੈ ਉਹ ਛਿੱਜਣ ਲੱਗ ਜਾਂਦਾ, ਜਿਵੇਂ ਕੱਪੜਾ ਕਮਜ਼ੋਰ ਹੋ ਜਾਂਦਾ, ਬੋਧਾ ਪੈ ਜਾਂਦਾ, ਇਸੇ ਤਰ੍ਹਾਂ ਸਰੀਰ ਦੇ ਵਿੱਚ ਤਾਕਤ ਨਹੀਂ ਰਹਿੰਦੀ। ਆਪ ਘਟੇ ਤਨ ਛੀਜੈ, ਕਾਲ ਅਹੇਰੀ ਫਿਰੇ ਬਦਕ ਜਿਉਂ, ਕਹੋ ਕਵਨ ਬਿਧ ਕੀਜੈ। ਮਹਾਰਾਜ ਜੀ ਕਹਿੰਦੇ ਨਿਰਾਪੁਰਾ ਤੂੰ ਆਪਣੇ ਬੱਚਿਆਂ ਨੂੰ ਪਾਲਣ ਵਾਸਤੇ ਨਹੀਂ ਆਇਆ, ਇਹ ਤੇਰੀ ਡਿਊਟੀ ਹੈ, ਤੇ ਨਾਲ ਦੀ ਨਾਲ ਜਿਹੜੇ ਪਰਮੇਸ਼ਰ ਨੇ ਤੈਨੂੰ ਭੇਜਿਆ ਉਹਦਾ ਸ਼ੁਕਰਾਨਾ ਵੀ ਕਰ। ਸ਼ੁਕਰਾਨਾ ਕਰਨ ਵਾਸਤੇ ਆਪਾਂ ਬਾਬਾ ਗੱਜਣ ਸ਼ਾਹ ਜੀ ਦੇ ਪਾਵਨ ਅਸਥਾਨਾਂ 'ਤੇ ਇਕੱਤਰ ਹੋਏ ਹਾਂ, ਅਤੇ ਦੂਸਰਾ ਮਕਸਦ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਆਗਮਨ ਪੁਰਬ, ਪ੍ਰਗਟ ਦਿਵਸ, ਜਿਹੜਾ ਕਿ 550 ਦੇ ਉੱਤੋਂ ਵੀ 5 ਸਾਲ ਹੋ ਚੁੱਕੇ ਨੇ, 550 ਤੋਂ 5 ਸਾਲ ਉੱਤੇ 55 ਸਾਲ, ਉਹ ਦਿਹਾੜਾ ਮਨਾਉਣ ਦੇ ਵਾਸਤੇ ਸਾਰੇ ਜਾਣੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਛਾਤਰ ਛਾਇਆ ਦੇ ਹੇਠ ਇਕੱਤਰ ਹੋਇਆ, ਅਤੇ ਜਿਹੜੇ ਲੋਕ, ਜਿਹੜੀਆਂ ਸੰਗਤਾਂ ਆਪਣੇ ਗੁਰੂਆਂ ਦੇ ਅਵਤਾਰ ਦਿਹਾੜੇ ਮਨਾਉਂਦੇ ਨੇ, ਜਿਹੜੇ ਲੋਕ ਆਪਣੇ ਰਹਿਬਰਾਂ ਨੂੰ ਯਾਦ ਕਰਦੇ ਨੇ, ਭਾਈ ਗੁਰਦਾਸ ਜੀ ਉਹਨਾਂ ਨੂੰ ਕਿੱਡਾ ਸਤਿਕਾਰ ਦਿੰਦੇ ਨੇ, ਗੁਰਬਾਣੀ ਤਿੰਨਾਂ ਗੁਰਸਿੱਖਾਂ ਭਾਉ ਭਗਤ ਗੁਰਪੁਰਬ ਕਰਨ ਦੇ, ਜਿਹੜੇ ਗੁਰੂਆਂ ਦੇ ਗੁਰਪੁਰਬ ਮਨਾਉਂਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ, ਅਤੇ ਦੂਸਰੇ ਪਾਸੇ ਇੱਕ ਵਿਦਵਾਨ ਦੀਆਂ ਲਾਈਨਾਂ ਮੈਨੂੰ ਯਾਦ ਆਈਆਂ ਨੇ, ਉਹ ਕਹਿੰਦਾ ਜਿਹੜਾ ਨਹੀਂ ਯਾਦ ਕਰਦਾ ਆਪਣੇ ਰਹਿਬਰਾਂ ਨੂੰ, ਆਪਣੇ ਵੱਡਿਆਂ ਨੂੰ, ਅਤੇ ਉਹਦਾ ਹਾਲ ਕੀ ਹੈ ਜੀ, ਫੀਤਾ ਫੀਤਾ ਹੋ ਜਾਂਦੀ ਕਬੀਰਦਾਰੀ, ਜੇਕਰ ਗੰਢ ਇਤਫਾਕ ਦੀ ਖੁੱਲ੍ਹ ਜਾਵੇ, ਲੱਖ ਯਤਨ ਕਰੀਏ ਮੁੜ ਨਾ ਪਵੇ ਭਾਂਡੇ, ਜਿਹੜਾ ਦੁੱਧ ਦਰਿਆ ਵਿੱਚ ਡੁੱਲ੍ਹ ਜਾਵੇ, ਲੱਖ ਯਤਨਾ ਨਹੀਂ ਮਿਸਾਲ ਜਗਦੀ, ਬਿਨਾਂ ਤੇਲ ਤੋਂ ਦੀਵਾ ਹੋ ਗੁੱਲ ਜਾਵੇ, ਉਸ ਕੌਮ ਦਾ ਪਾਰਸਾ ਰੱਬ ਰੱਖਾ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਅਤੇ ਤੁਸੀਂ ਭਾਗਾਂ ਵਾਲੇ ਹੋ ਜਿਹੜੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਅਵਤਾਰ ਦਿਹਾੜਾ ਮਨਾ ਰਹੇ ਹੋ, ਆਓ ਸਾਰੇ ਜਣੇ ਕਿਰਪਾ ਕਰੋ, ਮੈਂ ਫਤਿਹ ਬੁਲਾਉਣ ਲੱਗਾ, ਸਾਡੀ ਰਚਨਾ ਪਵਿੱਤਰ ਹੋ ਜਾਂਦੀ ਹੈ ਵਾਹਿਗੁਰੂ ਸ਼ਬਦ ਦੇ ਨਾਲ। ਕੋਈ ਹੋਰ ਇਹੋ ਜੀ ਸਾਡੇ ਕੋਲ ਦਵਾਈ ਨਹੀਂ ਹੈ ਜਿਹਦੇ ਨਾਲ ਸਾਡੀ ਰਚਨਾ ਪਵਿੱਤਰ ਹੋ ਜਾਵੇ, ਸਾਡੀ ਰਚਨਾ, ਸਾਡੀ ਜੀਵ ਅੰਮ੍ਰਿਤ ਵੇਲੇ ਤੋਂ ਸ਼ਾਮ ਤੱਕ ਪਤਾ ਨਹੀਂ ਕਿੰਨੇ ਪਦਾਰਥ ਚੱਖਦੀ ਹੈ ਅਤੇ ਜੂਠੀ ਹੀ ਰਹਿੰਦੀ ਹੈ। ਅਤੇ ਇੱਕ ਜਗ੍ਹਾ ਇੱਕ ਪੰਕਤੀ ਦੇ ਵਿੱਚ ਮਹਾਰਾਜ ਨੇ ਕਹਿ ਦਿੱਤਾ, ਰਚਨਾ ਤੇਰੀ ਸੁੱਚੀ ਹੋ ਜਾਵੇਗੀ, ਕਾਹਦੇ ਨਾਲ, ਨਾਮ ਜਪਤ ਗੋਬਿੰਦ ਕਾ ਸੋਚੀ ਪਈ ਰਸ਼ਨਾ,
ਅਸੀਂ ਕਲਗੀਧਰ ਮਹਾਰਾਜ ਜੀ ਵੱਲੋਂ ਬਖਸ਼ੀ ਫਤਿਹ ਸਾਰੇ ਜਾਣੇ ਆਪਾਂ ਬੁਝਾਈਏ, ਪਰਿਵਾਰ ਕਰੋ ਜੀ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਹਰ ਵਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ ਬਿਨ ਸਿਮਰਨ, ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੈ ਗੁਹਾਰੀ, ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾਂ ਕੋ ਕਿਰਪਾ ਧਾਰੀ, ਗੁਣਾਂ ਦਾ ਖਜ਼ਾਨਾ ਉਹਨਾਂ ਦੇ ਕੋਲ ਹੈ ਜਿਨ੍ਹਾਂ ਦੇ ਉੱਤੇ ਪ੍ਰਭੂ ਦੀ ਕਿਰਪਾ ਹੈ। ਸੋ ਸੁਖੀਆ, ਜਿਨ੍ਹਾਂ ਦੇ ਕੋਲ ਨਾਮ ਦਾ ਧਨ ਹੈ ਉਹ ਸੁਖੀ ਹੈ। ਵੱਡੇ ਵੱਡੇ ਜੋ ਦੀਸੇ ਲੋਕ, ਤਿੰਨ ਕੋ ਵਿਆਪੇ ਚਿੰਤਾ ਰੋਗ, ਕੌਣ ਵੱਡਾ ਮਾਇਆ ਵੱਡਿਆਈ, ਸੋ ਵੱਡਾ ਜਿਨ ਰਾਮ ਲਿਵ ਲਾਈ, ਸੋ ਸੁਖੀ ਹੈ ਜਿਸ ਨਾਮ ਆਧਾਰ, ਜਿਹਦੇ ਕੋਲ ਪਰਮੇਸ਼ਵਰ ਦਾ ਨਾਮ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਜਿਹਦੇ ਕੋਲ ਪਰਮੇਸ਼ਵਰ ਦਾ ਨਾਮ ਇਹ ਹੈ ਨਹੀਂ, ਸਾਰੀ ਉਮਰ ਹੈ ਕਰਦੇ ਬਤੀਤ ਹੋ ਜਾਂਦੀ ਹੈ। ਆਓ ਜੀ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਜਿਹੜੇ ਇਸ ਦੁਨੀਆਂ ਦੇ ਉੱਤੇ ਸਰੀਰਕ ਤੌਰ ਦੇ 15 April 1469 ਆਪਾਂ ਪੜ੍ਹਦੇ ਹਾਂ ਜੀ, ਕਿੱਥੇ ਆਉਂਦੇ ਨੇ, ਰਾਏ ਭੋਏ ਦੀ ਤਲਵੰਡੀ ਹੈ, ਤੇ ਇਸ ਤੋਂ ਪਹਿਲਾਂ ਇੱਕ ਪਿੰਡ ਹੈ ਜਿਹਦਾ ਨਾਮ ਹੈ ਪੱਠੇ ਪਿੰਡ। ਮੈਂ ਉੱਥੋਂ ਇਹ ਪ੍ਰਸੰਗ ਸ਼ੁਰੂ ਕਰਨ ਲੱਗੇ ਹਾਂ। ਇਸ ਪੱਠੇ ਪਿੰਡ ਨਗਰ ਦੇ ਵਿੱਚ ਜਿਹੜਾ ਅੱਜ ਕੱਲ੍ਹ ਲਾਹੌਰ ਦੇ ਨੇੜੇ ਚਲਿਆ ਗਿਆ, ਇੱਥੇ ਇੱਕ ਪਰਿਵਾਰ ਰਹਿੰਦਾ ਜੀ, ਜਿਹਦਾ ਮੁਖੀ ਹੈ ਬਾਬਾ ਸ਼ਿਵ ਰਾਮ। ਇਹਦੀ ਧਰਮ ਪਤਨੀ ਇਸ ਨਗਰ ਦੇ ਵਿੱਚ ਰਹਿ ਰਹੇ ਨੇ, ਬਨਾਰਸੀ ਦੇਵੀ ਜੀ ਦੋਵੇਂ ਜਾਣੇ ਨੇ। ਤੇ ਆਪਾਂ ਤਾਂ ਇੱਥੇ ਤੱਕ ਸੀਮਤ ਰਹਿ ਗਏ ਵੀ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਈ ਸਾਨੂੰ ਪਿਤਾ ਦਾ ਨਾਮ ਪੁੱਛ ਲਏ, ਫਟਾਫਟ ਕਹਿੰਦੇ ਕਾਲੂ ਦਾਸ ਜੀ ਜਾਂ ਮੈਂ ਤਾਂ ਕਾਲੂ ਜੀ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਦੇ ਪਿਤਾ ਜੀ ਨੇ ਉਹਨਾਂ ਦਾ ਨਾਮ ਬੜੇ ਸਤਿਕਾਰ ਦੇ ਨਾਲ ਲਿਆ ਕਰੀਏ। ਮਹਿਤਾ ਪਟਵਾਰੀ ਨੂੰ ਕਹਿੰਦੇ ਨੇ, ਪਟਵਾਰੀ ਫਾਰਸੀ ਦਾ ਅਰਥ ਹੈ ਜੀ। ਪਿਛਲੇ ਸਮਿਆਂ ਦੇ ਵਿੱਚ ਨਾ ਜਿਹੜਾ ਸਾਡੀ ਜ਼ਮੀਨ ਦੀ ਇਹਦੀ ਵੰਡੀ ਕਰਨੀ, ਹੋਰ ਮਕਾਨ ਦੀਆਂ ਵੰਡੀਆਂ ਕਰਨੀਆਂ, ਨਕਸ਼ੇ ਬਣਾਉਣੇ, ਤੇ ਹੁਣ ਤਾਂ ਸਾਰਾ ਕੁਝ ਨੈੱਟ ਤੇ ਆ ਜਾਂਦਾ, ਉਦੋਂ ਕੱਪੜੇ ਦੇ ਉੱਤੇ ਨਕਸ਼ੇ ਬਣਦੇ ਹੁੰਦੇ ਸੀ। ਪਟਵਾਰੀ, ਪੱਟ ਦਾ ਅਰਥ ਹੁੰਦਾ ਰੇਸ਼ਮ ਦਾ ਥਾਨ, ਜਿਹੜਾ ਕੱਪੜੇ ਦੇ ਉੱਤੇ ਨਕਸ਼ਾ ਬਣਾਉਂਦਾ ਸੀ ਉਹਨੂੰ ਪਟਵਾਰੀ ਕਿਹਾ ਜਾਂਦਾ ਸੀ, ਪਟਵਾਰੀ। ਤੇ ਅੱਜ ਸ਼ਿਵ ਰਾਮ ਜਿਹੜਾ ਬਾਬਾ ਜੀ ਹੈ, ਇਹ ਨੌਕਰੀ ਕਰਦਾ ਹੈ ਰਾਏ ਭੋਏ ਦੀ। ਕਾਹਦੀ ਨੌਕਰੀ ਕਰਦਾ? ਇਹੀ ਮਹਿਤਾ ਪਿਤਾ ਕਲਿਆਣ ਦਾਸ ਵਾਲੀ। ਤੇ ਸ਼ਿਵ ਰਾਮ ਦਾ ਜਿਹੜਾ ਪੁੱਤਰ ਹੋਇਆ ਮਹਿਤਾ ਕਾਲੂ ਜੀ, ਕਲਿਆਣ ਦਾਸ ਜਿਹਨਾਂ ਨੂੰ ਕਿਹਾ ਜਾਂਦਾ, ਜਦੋਂ ਵੰਡ ਪਈ ਹੈ ਜੀ ਨਗਰਾਂ ਦੀ, ਤੇ ਪੱਠੇ ਪਿੰਡ ਤੋਂ ਇਹ ਸਾਰਾ ਪਰਿਵਾਰ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਆ ਗਿਆ। ਤਲਵੰਡੀ ਸ਼ਬਦ ਦਾ ਅਰਥ ਜੇ ਕਰੀਏ, ਇਹਦਾ ਅਰਥ ਹੋ ਜਾਂਦਾ ਜ਼ਮੀਨ ਦੀ ਵੰਡੀ। ਤਲ ਤਲ ਕਹਿੰਦੇ ਨੇ ਜ਼ਮੀਨ ਨੂੰ, ਜ਼ਮੀਨ ਨੂੰ ਵੰਡ ਲਿਆ ਤੇ ਤਲਵੰਡੀ ਬਣ ਗਈ। ਕਿਤੇ ਵੀ ਤੁਸੀਂ ਚਲੇ ਜਾਵੋ ਇਕੱਲਾ ਤਲਵੰਡੀ ਨੂੰ ਹੋਵੇਗਾ, ਤੇ ਤਲਵੰਡੀ ਦੇ ਨਾਲ ਨਾਲ ਇੱਕ ਸ਼ਬਦ ਹੋਰ ਹੋਵੇਗਾ, ਤਲਵੰਡੀ ਸਾਬੋ ਕੀ ਸਾਡੇ ਕੋਲ ਹੈ। ਤੇ ਹੈ ਰਾਏ ਭੋਏ ਦੀ ਤਲਵੰਡੀ, ਕਿਸੇ ਦੇ ਖਾਸ ਨਾਮ ਦੇ ਨਾਲ ਨਗਰ ਵੱਸ ਜਾਣਾ। ਰਾਏ ਭੋਏ ਵੱਡਾ ਜ਼ਿਮੀਂਦਾਰ ਹੋਇਆ, ਤੇ ਜਿਹੜੀ ਨਨਕਾਣਾ ਸਾਹਿਬ ਦੀ ਜ਼ਮੀਨ ਆ ਨਾ, ਜਿਹਦਾ ਹੁਣ ਲਾਂਘਾ ਖੁੱਲਿਆ, ਇਹ ਸਾਰੀ ਦੀ ਸਾਰੀ ਜ਼ਮੀਨ ਰਾਏ ਭੋਏ ਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਬਖਸ਼ਿਸ਼ ਕੀਤੀ ਸੀ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਤੋਂ ਖੁਸ਼ ਹੋ ਕੇ ਗੁਰੂ ਨਾਨਕ ਦੇਵ ਮਹਾਰਾਜ ਨੇ ਨਾ ਕਰਵਾ ਦਿੱਤੀ ਸੀ ਰਾਏ ਬੁਲਾਰ ਨੇ, ਰਾਏ ਭੋਏ ਨੇ, ਇਹਦੇ ਸਪੁੱਤਰ ਰਾਏ ਬੁਲਾਰ ਨੇ। ਤੇ ਕਲਿਆਣ ਦਾਸ ਦੇ ਘਰ ਜਦੋਂ ਪਹਿਲੀ ਸੰਤਾਨ ਪੈਦਾ ਹੁੰਦੀ ਹੈ ਭੈਣੋ, ਗੁਰੂ ਨਾਨਕ ਦੇਵ ਮਹਾਰਾਜ ਦੇ ਨਾਨਕੇ ਨੇ ਜੀ, ਚਾਹਲ ਪਿੰਡ ਹੈ ਲਾਹੌਰ ਦੇ ਨੇੜੇ, ਇੱਥੇ ਜਿਹੜੀ ਬੱਚੀ ਪੈਦਾ ਹੋਈ ਮਾਤਾ ਤ੍ਰਿਪਤਾ ਦੀ ਕੁੱਖ ਦੇ ਵਿੱਚੋਂ, ਇਹਦਾ ਜਨਮ 1464 ਨੂੰ ਹੋਇਆ। ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ 5 ਕੁ ਸਾਲ ਵੱਡੀ ਹੈ, 1464 ਦੇ ਵਿੱਚ। ਇੱਕ ਧੀ 5 ਸਾਲ ਦੀ ਹੋ ਗਈ ਤੇ ਘਰ ਦੇ ਵਿੱਚ ਪੁੱਤਰ ਨਹੀਂ ਹੈ, ਪੁੱਤਰਾਂ ਦੇ ਵਾਸਤੇ ਬੜੀਆਂ ਫਰਿਆਦਾਂ ਕਰਨੀਆਂ ਪੈਂਦੀਆਂ ਨੇ। ਧੀ ਵੀ ਕੋਈ ਮਾੜੀ ਨਹੀਂ, ਧੀਆਂ ਨੂੰ ਸਤਿਕਾਰ ਗੁਰੂ ਨਾਨਕ ਦੇਵ ਮਹਾਰਾਜ ਨੇ ਦਿੱਤਾ ਗੁਰਬਾਣੀ ਦੇ ਵਿੱਚ। ਤੇ ਬੀਬੀਓ ਭੈਣੋ, ਗੁਰੂ ਨਾਨਕ ਦੇਵ ਮਹਾਰਾਜ ਨੂੰ ਮੰਨਿਆ ਕਰੋ, ਜਿਹਨੇ ਤੁਹਾਡੀ ਖਾਤਰ ਪੰਕਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਕੀਤੀ ਹੈ। ਸੋ ਕੋ ਮੰਦਾ ਆਖੀਐ ਜਿਤ ਜੰਮੈ ਰਾਜਾਨ। ਜੇਕਰ ਨਾ ਸ਼ਾਇਦ ਮਾਤਾ ਗੁਜਰੀ ਵਰਗੀ ਕਿਤੇ ਕਲਗੀਧਰ ਮਹਾਰਾਜ ਨੂੰ ਪੈਦਾ ਨਾ ਕਰਦੀ, ਸਾਡਾ ਵਜੂਦ ਨਾ ਹੁੰਦਾ। ਰਾਜਿਆਂ ਨੂੰ ਜਨਮ ਦੇਣ ਵਾਲੀ ਧੀ ਨੂੰ, ਰਾਜਿਆਂ ਨੂੰ ਜਨਮ ਦੇਣ ਵਾਲੀ ਭੈਣ ਨੂੰ ਮੰਦਾ ਨਹੀਂ ਆਖਿਆ ਜਾ ਸਕਦਾ। ਤੇ ਧੀ ਜਿਹਦਾ ਨਾਮ ਨਾਨਕੀ ਰੱਖਿਆ ਗਿਆ, ਇਹ 5 ਸਾਲ ਦੀ ਹੋਈ ਤੇ ਮੈਂ ਤਾਂ ਕੱਲ ਨੂੰ ਅਜੇ ਵੀ ਤੱਕ ਰਿਹਾ ਵੀ ਸਾਡੇ ਘਰ ਵੀ ਪੁੱਤ ਹੋਵੇਗਾ। ਮਾਤਾ ਤ੍ਰਿਪਤਾ ਦੀ ਆਸ ਆ, ਮੈਂ ਵੀ ਕਦੇ ਪੁੱਤਰ ਦਾ ਮੁੱਖ ਦੇਖਾਂਗੀ। ਤੇ ਭੈਣੋ, ਇਹ ਨਾ ਸਮਝੋ ਵੀ ਸਾਡੇ ਅਤੇ ਪੁੱਤਰਾਂ ਵਿੱਚ ਫਰਕ ਹੈ। ਮੈਂ ਇੱਕ ਦਿਨ ਪ੍ਰੋਗਰਾਮ 'ਤੇ ਗਿਆ, ਥੋੜ੍ਹੇ ਦਿਨ ਹੋਏ ਨੇ ਜੀ, ਮੈਂ ਥੋੜ੍ਹਾ ਜਿਹਾ ਪੁੱਤਰਾਂ ਦੀ ਵਡਿਆਈ ਕਰਤੀ। ਇੱਕ ਵਿੱਚੋਂ ਹੀ ਬੀਬੀ ਉੱਠ ਕੇ ਕਹਿਣ ਲੱਗੀ, ਬਾਬਾ ਅਸੀਂ ਤੇਰਾ ਕੀ ਵਿਗਾੜਿਆ, ਤੇਰਾ ਕੁਛ ਦੇਣਾ, ਸਾਡਾ ਨਾਂ ਨਹੀਂ ਲੈਂਦਾ। ਨਹੀਂ, ਧੀਆਂ ਦਾ ਵੱਡਾ ਸਤਿਕਾਰ ਹੈ। ਮਹਾਰਾਜਾ ਰਣਜੀਤ ਸਿੰਘ ਵਰਗਿਆਂ ਨੂੰ ਜਨਮ ਦਿੱਤਾ, ਕਿਹੜੇ ਕਿਹੜੇ ਯੋਧਿਆਂ ਨੂੰ ਜਨਮ ਦਿੱਤਾ ਧੀਆਂ ਨੇ, ਮਾਵਾਂ ਨੇ। ਤੇ ਅੱਜ ਕੀ ਹੋਇਆ ਜੀ, ਇਸੇ ਹੀ ਨਗਰ ਦੀ ਇੱਕ ਦਾਈ ਹੈ ਜੀ, ਜਿਹਦਾ ਨਾਂ ਮੈਂ ਪੜ੍ਹਿਆ ਮਹਾਨ ਕੋਸ਼ ਦੇ ਵਿੱਚ ਭਾਈ ਕਾਨ ਸਿੰਘ ਜੀ ਨਾਭਾ ਜ਼ਿਕਰ ਕਰਦੇ ਨੇ, ਇਹਦਾ ਨਾਮ ਹੈ ਦਾਈ ਦੌਲਤਾਂ। ਇਹ ਮੁਸਲਮਾਨ ਘਰਾਣੇ ਦੇ ਨਾਲ ਸੰਬੰਧਿਤ ਹੈ। ਇਕਬਾਲ ਖਾਨ ਹੋਇਆ ਇਹਦਾ ਸਹੁਰਾ। ਇਕਬਾਲ ਖਾਨ ਕੌਣ ਹੋਇਆ ਜੀ? ਇਹ ਪੀਰ ਬਦਰੂ ਜੀ ਦਾ ਭਰਾ ਹੋਇਆ। ਪੀਰ ਬਦਰੂ ਜੀ ਕੌਣ ਹੋਇਆ? ਪੀਰ ਬਦਰੂ ਜੀ ਹੋਇਆ ਮਰਦਾਨੇ ਦਾ ਪਿਤਾ ਜੀ। ਮਾਤਾ ਲੱਖੋ ਜੀ ਮਰਦਾਨੇ ਦੀ ਮਾਤਾ ਹੈ, ਪੀਰ ਬਦਰੂ ਜੀ ਮਰਦਾਨੇ ਦਾ ਪਿਤਾ। ਸ਼ਾਇਦ ਸਿੱਖਾਂ ਨੂੰ ਇਹ ਨਾਂ ਭੁੱਲ ਗਏ ਨੇ। ਤੇ ਇਹ ਗੱਲ ਮੈਂ ਤੁਹਾਨੂੰ ਦੱਸ ਦਵਾਂ, ਜੇਕਰ ਗੁਰੂ ਨਾਨਕ ਦੇਵ ਮਹਾਰਾਜ ਦੇ ਪਹਿਲੀ ਵਾਰ ਕਿਸੇ ਨੇ ਦੀਦਾਰੇ ਕੀਤਾ ਨਾ, ਇੱਕ ਮੁਸਲਮਾਨ ਔਰਤ ਨੇ ਕੀਤੇ ਨੇ ਦਰਸ਼ਨ ਪਹਿਲੀ ਵਾਰ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਹਿਲੀ ਵਾਰ ਕਿਸੇ ਨੂੰ ਦਰਸ਼ਨ ਹੋਏ ਸੀ, ਕਿੱਥੇ? ਪਟਨਾ ਤੇ ਕਿੱਥੇ? ਪਟਿਆਲੇ ਦੇ ਨੇੜੇ ਠਸਕਾ ਘੁੜਾਮ ਹੈ, ਉੱਥੇ ਪੀਰ ਸੀ ਭੀਖਣ ਸ਼ਾਹ। ਸਿੱਖਾਂ ਨੂੰ ਨਹੀਂ ਸੀ ਪਤਾ ਲੱਗਿਆ ਸਾਡਾ 10ਵਾਂ ਗੁਰੂ ਆ ਗਿਆ। ਮੁਸਲਮਾਨ ਅੰਮ੍ਰਿਤ ਵੇਲੇ ਨਿਵਾਜ਼ ਅਦਾ ਕਰਦਾ ਸੀ, ਉਹਨੂੰ ਉਸ ਦਿਸ਼ਾ ਤੋਂ ਰੋਸ਼ਨੀ ਆਈ ਜਿੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪ੍ਰਗਟ ਹੋਏ ਸੀ। ਆਖੋ ਸਤਨਾਮ, ਕਿੱਡੀ ਵੱਡੀ ਤਾਕਤ ਹੈ, ਕਿੱਡੀ ਵੱਡੀ ਸ਼ਕਤੀ ਹੈ ਪੀਰ ਭੀਖਣ ਸ਼ਾਹ ਦੇ ਕੋਲ। ਆਓ ਅੱਜ ਦਾਈ ਦੌਲਤਾਂ
ਇੱਕ ਵਾਰ ਖਾਂਦੀ ਨੂੰ ਇਹਨੂੰ ਕੋਈ ਬੰਦਾ ਆਪਣੇ ਘਰ ਨੂੰ ਲਿਜਾਈ ਜਾਂਦਾ, ਕੀ ਕਾਰਨ ਜੀ ਇਹਨੇ ਜਣੇਪਾ ਕਰਵਾਉਣਾ, ਕਿਸੇ ਦੇ ਘਰ ਵਿੱਚ ਬਾਲਕ ਨੇ ਜਨਮ ਲੈਣਾ, ਇਹ ਨਹੀਂ ਪਤਾ ਵੀ ਧੀ ਹੈ ਜਾਂ ਪੁੱਤਰ ਹੈ। ਜਦੋਂ ਕਿਸੇ ਘਰ ਦੇ ਵਿੱਚ ਨਵੇਂ ਪੁੱਤਰ ਨੇ ਜਾਂ ਧੀ ਨੇ ਜਨਮ ਲੈਣਾ ਹੁੰਦਾ, ਪਰਿਵਾਰ ਦੇ ਵਿੱਚ ਖੁਸ਼ੀ ਬੜੀ ਹੁੰਦੀ ਹੈ। ਇਹ ਲਈ ਜਾਂਦਾ ਤੇ ਮੂਹਰੋਂ ਮਿਲ ਗਏ ਮਹਿਤਾ ਕਾਲੂ ਜੀ, ਮਹਿਤਾ ਕਾਲੂ ਜੀ ਨੇ ਇਹਨਾਂ ਦਾ ਰਸਤਾ ਰੋਕਿਆ। ਇਹਨਾਂ ਨੇ ਪੁੱਛਣਾ ਕੀਤਾ, ਦਾਈ ਦੌਲਤਾਂ ਬੀਬੀ ਦੌਲਤਾਂ, ਅੱਜ ਕਿਹਨਾਂ ਦੇ ਘਰੇ ਵਿੱਚ ਖੁਸ਼ੀਆਂ ਵੰਡਣ ਜਾਂਦੀ ਹੈ? ਤੇ ਦੌਲਤਾਂ ਨੇ ਦੱਸ ਦਿੱਤਾ, ਮੈਂ ਤੇਰੇ ਗੁਆਂਢ ਵਿੱਚ ਹੀ ਆਈ ਹਾਂ। ਤੇ ਉਦੋਂ ਵੀ ਟਾਕਰਾ ਹੋ ਗਿਆ ਜਦੋਂ ਉਹਨਾਂ ਦੇ ਘਰ ਦੇ ਵਿੱਚ ਪੁੱਤਰ ਹੋਇਆ। ਤੇ ਫਿਰ ਮਹਿਤਾ ਕਾਲੂ ਦੀਆਂ ਅੱਖਾਂ ਦੇ ਵਿੱਚ ਅੱਥਰੂ ਆ ਗਏ, ਪੁੱਤਾਂ ਵਾਲਿਓ ਜੱਗ ਦੇ ਪੁੱਤ ਮੇਵਾ, ਹੁਣ ਦੀ ਮਾਪਿਆਂ ਦੀ ਜਿੰਦ ਜਾਨ ਪੁੱਤਰ, ਜੋ ਦੀ ਜਾਨ ਸਹਾਰੇ ਨੇ ਜ਼ਿੰਦਗੀ ਦਾ ਮੋਏ ਹੋਇਆ ਤਾਂ ਪੁੱਛੋ ਨਿਸ਼ਾਨ ਪੁੱਤਰ ਸੀਤਲ ਪੁੱਤਰਾਂ ਬਾਜ ਨਾ ਸੋਹਣ ਮਾਪੇ ਹੁੰਦੇ ਮਾਪਿਆਂ ਦੀ ਜਿੰਦ ਜਾਨ ਸੁਣੀਆਂ ਰਾਜੇ ਦੀਆਂ ਗੱਦੀਆਂ ਬਾਜੋ ਪੁੱਤਰਾਂ ਦੇ ਜਾਨ ਆਹ
ਛੇਤੀ ਟੁੱਟੇ ਪਤਾਰ, ਪੁੱਤੀ ਗੰਢ ਪਵੇ ਸੰਸਾਰ। ਪੁੱਤਰਾਂ ਦੇ ਨਾਲ ਧੀਆਂ ਦੇ ਨਾਲ ਸੰਸਾਰ ਦੇ ਵਿੱਚ ਵਾਧਾ ਹੋ ਜਾਂਦਾ, ਬੰਦੇ ਦਾ ਸਤਿਕਾਰ ਬਣ ਜਾਂਦਾ। ਤੇ ਅੱਜ ਕੀ ਹੋਇਆ ਪਿਆਰਿਓ, ਤੇ ਦਾਈ ਦੌਲਤਾਂ ਜਾ ਰਹੀ ਹੈ ਖੁਸ਼ੀਆਂ ਵੰਡਦੀ, ਮੂਹਰੇ ਮਿਲ ਗਿਆ ਪਿਤਾ ਕਲਿਆਣ ਦਾਸ ਮਹਿਤਾ ਕਾਲੂ। ਇਹ ਪੁੱਛਣ ਲੱਗਾ ਦੌਲਤਾਂ, ਕਦੇ ਸਾਡੇ ਘਰ ਵਿੱਚ ਵੀ ਇੱਕਣ ਖੁਸ਼ੀ ਆਵੇਗੀ? ਇਹਨੇ ਹੌਕਾ ਲਿਆ ਤੇ ਦਾਈ ਦੌਲਤਾਂ ਨੇ ਨਾ, ਜਿਹਦੀ ਨਿਗਾਹ ਮਾੜੀ ਮਾੜੀ ਮੱਧਮ ਹੋ ਚੁੱਕੀ ਹੈ, ਤੇ ਇਹਨੇ ਪਟਵਾਰੀ ਸਾਹਿਬ ਦੇ ਮੋਢੇ ਦੇ ਉੱਤੇ ਹੱਥ ਰੱਖ ਦਿੱਤਾ, ਦਿਲਾਸਾ ਦਿੱਤਾ, ਕਹਿੰਦੀ ਪਟਵਾਰੀ ਫਿਕਰ ਨਾ ਕਰ, ਤੇਰੇ ਘਰ ਦੇ ਵਿੱਚ ਵੀ ਪੁੱਤਰ ਦੀਆਂ ਕਲਕਾਰੀਆਂ ਸੁਣਨ ਨੂੰ ਮਿਲਣਗੀਆਂ, ਫਿਕਰ ਨਾ ਕਰ। ਤੇ ਪਟਵਾਰੀ ਸਾਹਿਬ ਨੇ ਫੇਰ ਹੋਕਾ ਲੈ ਕੇ ਪੁੱਛਿਆ ਦੌਲਤਾਂ ਕਦੋਂ ਆਵੇਗਾ ਦਿਨ? ਹਾਸੇ ਹਾਸੇ ਦੇ ਵਿੱਚ ਦੌਲਤਾਂ ਕਹਿੰਦੀ ਕੀ ਦੇਵੇਗਾ, ਤੇਰੇ ਕੋਲ ਧਨ ਬਹੁਤ ਹੈ, ਬੋਲ ਜਿੱਦਣ ਤੇਰੇ ਘਰ ਵਿੱਚ ਪੁੱਤਰ ਨੇ ਜਨਮ ਲੈ ਲਿਆ ਮੈਨੂੰ ਕੀ ਦੇਵੇਗਾ? ਅਥਰੂ ਕੇਰਦੇ ਹੋਏ ਪਿਤਾ ਮਹਿਤਾ ਕਾਲੂ ਨੇ ਕਹਿ ਦਿੱਤਾ, ਦੌਲਤਾਂ ਜਿਹੜਾ ਮੇਰਾ ਧਨ ਆ ਮੈਂ ਸਾਰੀ ਤੇਰੇ ਤੋਂ ਨਿਸ਼ਾਵਰ ਕਰ ਦਿਆਂਗਾ। ਪੁੱਤਰ ਦੀ ਖੁਸ਼ੀ ਇੰਨੀ ਹੁੰਦੀ ਹੈ, ਮੈਂ ਕੁਛ ਵੀ ਨਹੀਂ ਰੱਖਣਾ, ਜਿਹੜਾ ਕੁਝ ਮੇਰੇ ਕੋਲ ਆ ਸਾਰਾ ਹੀ ਤੈਨੂੰ ਦੇ ਦਿਆਂਗਾ। ਤੇ ਉਹ ਸਮਾਂ ਆਇਆ ਜੀ, ਅੱਜ ਦਾਈ ਦੌਲਤਾਂ ਨੂੰ ਇਹਨਾਂ ਦੇ ਘਰ ਵਿੱਚ ਆਉਣਾ ਪੈ ਗਿਆ। ਜਿਹੜੇ ਕਮਰੇ ਦੇ ਵਿੱਚ, ਜਿਹੜੀ ਸਵਾਤ ਦੇ ਵਿੱਚ ਮਾਤਾ ਤ੍ਰਿਪਤਾ ਨੇ ਬਾਲਕ ਨੂੰ ਜਨਮ ਦੇਣਾ, ਤੇ ਉਸ ਕਮਰੇ ਦੇ ਵਿੱਚ ਚੋ ਮੁਖੀਆ ਦੀਵਾ ਜਗ ਰਿਹਾ, ਦੇਸੀ ਘਿਓ ਦੀ ਸਮੈਲ ਆ ਰਹੀ ਹੈ, ਵਾਸ਼ਨਾ ਆ ਰਹੀ ਹੈ ਸੁਗੰਧੀ, ਚੋ ਮੁਖੀਆ, ਚਾਰ ਮੁਖੀਆ ਦੀਵਾ। ਤੇ ਜਦੋਂ ਦਾਈ ਦੌਲਤਾਂ ਨੂੰ ਲੈ ਕੇ ਆਉਂਦਾ, ਗੁਰੂ ਨਾਨਕ ਦੇਵ ਮਹਾਰਾਜ ਜੀ ਪ੍ਰਗਟ ਹੋਏ, ਤੇ ਇਹਨਾਂ ਨੇ ਪਹਿਲੇ ਦਰਸ਼ਨ ਹੀ ਦਾਈ ਦੌਲਤਾਂ ਨੂੰ ਹੋਏ ਨੇ। ਦਾਈ ਦੌਲਤਾਂ ਨੇ ਜਦੋਂ ਦੀਦਾਰੇ ਕੀਤੇ ਜੀ, ਇਹਦੀ ਅੱਖਾਂ ਦੀ ਰੋਸ਼ਨੀ ਵੀ ਵਾਪਸ ਆ ਗਈ, ਤੇ ਇਹਦੇ ਹਿਰਦੇ ਵਿੱਚ ਵੀ ਚਾਨਣ ਹੋ ਗਿਆ। ਤੇ ਗੁਰੂ ਨੂੰ ਦੇਖਣ ਦਾਣ ਨਾਲ ਹੀ ਚਾਨਣਾ ਹੋ ਜਾਂਦਾ, ਗੁਰੂ ਨੂੰ ਦੇਖਣ ਦੇ ਨਾਲ ਹੀ ਜਿਹੜੀ ਅਗਿਆਨਤਾ ਸਮਾਪਤ ਹੋ ਜਾਂਦੀ ਹੈ। ਕਿੰਨੀ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦੇਖਦੇ ਹਾਂ ਆਪਾਂ, ਤੇ ਸਤਿਗੁਰੂ ਜੀ ਤਾਂ ਕਹਿੰਦੇ ਡਿੱਠੇ ਮੁਕਤ ਨਾ ਹੋਵੇ ਜੇ ਚਰ ਸ਼ਬਦ ਨਾ ਕਰੇ ਵਿਚਾਰ। ਤੇ ਇੱਕ ਜਗ੍ਹਾ ਇਹ ਵੀ ਪੜ੍ਹਦੇ ਹਾਂ ਨਾ, ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ, ਸ਼ਰਧਾ ਦੀ ਗੱਲ ਆ ਗਈ ਹੈ। ਦੌਲਤਾਂ ਨੇ ਤੱਕਿਆ ਮੁਖੜਾ ਮਾਤਾ ਤ੍ਰਿਪਤਾ ਦੇ ਲਾਲ ਦਾ, ਤੈਨੂੰ ਗਿਆਨ ਹੋਇਆ ਜੀ, ਵਾਰ ਆਈ, ਵਾਰ ਆਉਣ ਸਾਰੀਆਂ ਨੇ ਵਧਾਈਆਂ ਦਿੱਤੀਆਂ ਪੂਰੇ ਪਰਿਵਾਰ ਨੂੰ। ਮਹਿਤਾ ਕਾਲੂ ਜੀ ਅੰਦਰ ਗਏ ਨੇ, ਇਹਨਾਂ ਨੇ ਵੱਡਾ ਬਰਤਨ, ਵੱਡੀ ਪ੍ਰਾਂਤ ਦੇ ਵਿੱਚ ਅਨਾਜ ਪਾ ਕੇ, ਚੰਗੇ ਕੀਮਤੀ ਵਸਤਰ ਪਾ ਕੇ, ਤੇ ਕੁਝ ਗਹਿਣੇ ਰੱਖ ਕੇ ਦਾਈ ਦੌਲਤਾਂ ਦੇ ਅੱਗੇ ਰੱਖ ਦਿੱਤੇ। ਦੌਲਤਾਂ ਨੇ ਹੱਥ ਜੋੜੇ, ਇਹ ਕਹਿੰਦੀ ਪਟਵਾਰੀ ਸਾਹਿਬ ਇਹ ਤਾਂ ਕੁਛ ਵੀ ਨਹੀਂ। ਤੇ ਪਟਵਾਰੀ ਸਾਹਿਬ ਨੇ ਸੋਚਿਆ ਵੀ ਸ਼ਰਤ ਵੱਡੀ ਹੈ, ਵੱਧ ਪੈਸੇ ਮੰਗਦੀ ਹੈ। ਇਹ ਕਹਿੰਦੇ ਕੋਈ ਗੱਲ ਨਹੀਂ, ਆਉਣ ਵਾਲੇ ਦਿਨਾਂ ਵਿੱਚ ਹੋਰ ਦੇ ਦਿਆ। ਕਹਿੰਦੇ ਨਹੀਂ। ਦੌਲਤਾਂ ਕਹਿੰਦੀ ਪਟਵਾਰੀ, ਜਿਹੜਾ ਕੁਛ ਮੈਨੂੰ ਤੇਰੇ ਪੁੱਤਰ ਦੇ ਦੀਦਾਰੇ ਕਰਕੇ ਮਿਲ ਗਿਆ, ਉਹ ਤੂੰ ਸਾਰੀ ਉਮਰ ਨਹੀਂ ਦੇ ਸਕਦਾ, ਖੋ ਸਤਨਾ। ਤੇ ਸਾਰਾ ਪਰਿਵਾਰ ਹੈਰਾਨ ਹੋ ਗਿਆ। ਪਿਤਾ ਮਹਿਤਾ ਕਾਲੂ ਜੀ ਬੈਠੇ ਨੇ, ਇਹਨਾਂ ਦਾ ਭਰਾ ਇਹ ਭਾਈ ਲਾਲੂ ਜੀ, ਉਹ ਬੈਠੇ ਨੇ, ਉਹ ਕਹਿੰਦੇ ਤੈਨੂੰ ਕੀ ਮਿਲ ਗਿਆ?
ਦਾਈ ਦੌਲਤਾਂ ਕਹਿਣ ਲੱਗੀ ਪਟਵਾਰੀ ਸਾਹਿਬ ਮੈਨੂੰ ਗਿਆਨ ਹੋ ਗਿਆ, ਗਿਆਨ ਅੰਜਨ ਗੁਰਦੀਆ, ਅਗਿਆਨ ਅਧੇਰ ਵਿਨਾਸ਼, ਮੇਰੀ ਅਗਿਆਨ ਤਾਂ ਖਤਮ ਹੋ ਗਈ ਹੈ। ਤੇ ਇੱਕ ਗੱਲ ਸੁਣ ਲੈ, ਜਿਹੜਾ ਤੇਰੇ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ ਕੋਈ ਮੁੱਲ ਹੀ ਨਹੀਂ ਹੈ, ਉਹ ਕੋਈ ਆਮ ਬੱਚਾ ਨਹੀਂ ਹੈ। ਤੇ ਸਾਰੇ ਜਣੇ ਹੈਰਾਨ ਹੋ ਕੇ ਪੁੱਛਣ ਲੱਗੇ ਕੌਣ ਹੈ ਸਾਡੇ ਘਰ ਵਿੱਚ ਪ੍ਰਗਟ ਹੋਣ ਵਾਲਾ, ਉਹ ਕੌਣ ਹੈ? ਤਾਂ ਕਹਿਣ ਲੱਗੇ ਪਟਵਾਰੀ ਸਾਹਿਬ, ਤੇਰੇ ਘਰ ਦੇ ਵਿੱਚ ਜਿਹੜਾ ਪੁੱਤਰ ਪੈਦਾ ਹੋਇਆ ਆਪ ਅਕਾਲ ਪੁਰਖ ਉੱਤਰ ਕੇ ਆ ਗਏ। ਇੱਕ ਗੱਲ ਧਿਆਨ ਦੇ ਵਿੱਚ ਰੱਖਿਓ ਜੀ, ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਇਸ ਸੰਸਾਰ ਦੇ ਉੱਤੇ ਆਉਂਦੇ ਨੇ, ਇਹ ਤੁਸੀਂ ਆਪ ਡਾਇਰੀਆਂ ਪੜ੍ਹਨ ਵਾਲੇ ਹੋ, ਇਤਿਹਾਸ ਪੜ੍ਹਨ ਵਾਲੇ ਹੋ, ਕਿਸੇ ਨੇ ਪੜ੍ਹਿਆ ਅੱਜ ਤੱਕ ਗੁਰੂ ਨਾਨਕ ਦੇਵ ਮਹਾਰਾਜ ਦਾ ਗੁਰਤਾ ਗੱਦੀ ਦੇ ਵਸਾਇਆ ਹੋਵੇ? ਕਦੇ ਕਿਸੇ ਨੇ ਪੜ੍ਹਿਆ ਗੁਰੂ ਨਾਨਕ ਦੇਵ ਮਹਾਰਾਜ ਦਾ ਗੁਰਤਾ ਗੱਦੀ ਦੇ ਉਸ ਕਦੇ ਨਹੀਂ ਹੋਵੇਗਾ, ਕਿਉਂਕਿ ਭੱਟਾਂ ਦੇ ਸਵਈਆਂ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ, ਆਪ ਨਾਰਾਇਣ ਅਕਾਲ ਪੁਰਖ ਆਪ, ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਅਕਾਰ ਜੋਤ ਜਗ ਮੰਡਲ ਕਰਿਓ। ਉਹ ਤਾਂ ਅਕਾਲ ਪੁਰਖ ਆਪ ਹੀ ਆਇਆ, ਉਹਨੂੰ ਕਿਸੇ ਨੇ ਗੁਰਤਾ ਗੱਦੀ ਥੋੜੋ ਦਿੱਤੀ ਹੈ। ਤੇ ਦੂਸਰੀ ਜਿਹੜੀ ਤਰੀਕ ਹੈ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੋਤੀ ਜੋਤ ਦੇ ਉਸ ਨਹੀਂ ਕਦੇ ਆਵੇਗਾ, ਲੱਖਾਂ ਹਮਲੇ ਹੋ ਜਾਵਣ ਮੇਰੇ ਗੁਰੂ ਦੇ ਉੱਤੇ, ਪਰ ਇਹਦਾ ਜੋਤੀ ਜੋਤ ਦੇ ਉਸ ਨਹੀਂ ਕਦੇ ਮਨਾਵਾਂਗੇ। ਇਹ ਤਾਂ ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਚਾਰ ਉਦਾਸੀਆਂ ਕੀਤੀਆਂ ਨੇ। ਉਦਾਸੀਆਂ ਕਿਹਨੂੰ ਕਹਿੰਦੇ ਨੇ ਜੀ? ਉਦਾਸੀਆਂ ਕਹਿੰਦੇ ਨੇ ਆਪਣੇ ਧਰਮ ਦਾ ਪ੍ਰਚਾਰ ਕਰਨਾ, ਸਿੱਖੀ ਦਾ ਪ੍ਰਚਾਰ ਕਰਨ ਖਾਤਰ ਗੁਰੂ ਨਾਨਕ ਦੇਵ ਮਹਾਰਾਜ ਨੇ ਉਹ ਕਾਬਲ ਕੰਧਾਰ ਤੱਕ ਜਾ ਕੇ ਨਾ ਟੁੱਟੇ ਹੋਇਆਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਰਮੇਸ਼ਵਰ ਦੇ ਨਾਮ ਦੇ ਨਾਲ ਜੋੜ ਦਿੱਤਾ ਹੈ। ਕਿਸੇ ਨੂੰ ਟੁੱਟੇ ਹੋਏ ਨੂੰ ਜੋੜ ਦੇਵੇ ਕੋਈ, ਤੇ ਉਹਦੇ ਵਰਗਾ ਕੋਈ ਮਹਾਂਪੁਰਸ਼ ਨਹੀਂ ਹੁੰਦਾ ਹੈ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਨਾਲ ਕਿਹਨੂੰ ਲਿਆ ਜੀ? ਕੁਝ ਵੱਡੇ ਹੁੰਦੇ ਨੇ ਤੇ ਅੱਜ ਘਰ ਦੇ ਵਿੱਚ ਬੈਠੇ ਨੇ, ਆਵਾਜ਼ ਪਈ ਹੈ ਕੋਈ ਵਿਅਕਤੀ ਸਾਜ਼ ਵਜਾ ਰਿਹਾ ਹੈ, ਬਹੁਤ ਦੂਰ ਘਰ ਹੈ, ਮਰਾਸੀ ਘਰਾਣੇ ਦੇ ਨਾਲ ਸੰਬੰਧਿਤ ਹੈ, ਭਾਈ ਮਰਦਾਨਾ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ 10 ਸਾਲ ਵੱਡਾ ਹੈ, 10 ਸਾਲ ਵੱਡਾ। ਧਿਆਨ ਦਿਓ ਜੀ ਮਾੜਾ ਜਿਹਾ, ਕਿਰਪਾ ਕਰੋ ਸਾਰੇ ਜਾਣੇ। ਤੇ ਜਦੋਂ ਘਰ ਦੇ ਵਿੱਚ ਮਰਦਾਨਾ ਜੀ ਆਪਣੀ ਰਬਾਬ ਵਜਾ ਰਹੇ ਨੇ, ਬੜੀ ਗਰੀਬੀ ਹੈ ਘਰ ਦੇ ਵਿੱਚ, ਜਿਹਨਾਂ ਨੇ ਗਰੀਬੀ ਦੇਖੀ ਹੈ ਤੇ ਉਹਨਾਂ ਨੂੰ ਪਤਾ ਹੁੰਦਾ ਵੀ ਗਰੀਬੀ ਕੀ ਹੈ, ਤੇ ਉਹਨਾਂ ਨੂੰ ਕਦੇ ਉਹਨਾਂ ਨੇ ਪਿਛਲੇ ਕੋਈ ਦਿਨ ਯਾਦ ਕਰਾ ਦੇਵੇ ਨਾ, ਉਹਨਾਂ ਦੀ ਅੱਖਾਂ ਦੇ ਵਿੱਚੋਂ ਆਪ ਮਹਾਰੇ ਅੱਥਰੂ ਵਹਿ ਤੁਰਦੇ ਨੇ। ਤੇ ਮੇਰੇ ਯਾਦ ਆ ਬਾਬਾ ਜੀ ਸਾਰੇ ਜਾਣੇ ਬੈਠੇ ਹੋ, ਤੇ ਮੈਂ ਜਦੋਂ ਸਰੰਗੀ ਸਿੱਖਣ ਲੱਗਿਆ ਸੀ, ਮੇਰਾ ਖਿਆਲ ਵੀ 90-92 ਦੀ ਗੱਲ ਹੈ, ਮੈਨੂੰ ਕੋਈ ਸਾਈਕਲ ਵੀ ਉਧਾਰਾ ਨਹੀਂ ਸੀ ਦਿੰਦਾ, ਸਾਡੇ ਨਗਰ ਜੰਡਾਲੀ ਤੋਂ ਪੈਰ 10 ਕਿਲੋਮੀਟਰ ਹੈ, ਮੈਂ ਉੱਥੇ ਸਰੰਗੀ ਸਿੱਖਣ ਵਾਸਤੇ 4 ਵਜੇ ਆਪਣੇ ਉਸਤਾਦ ਦੇ ਪੈਰ ਕੁੱਟਣ ਲੱਗ ਜਾਂਦਾ ਸੀ 4 ਵਜੇ। ਤੇ ਮੈਂ ਨਹੀਂ ਸੀ ਸੋਚਿਆ ਵੀ ਕਦੇ ਇਹੋ ਜਿਹੇ ਸਟੇਜਾਂ ਦੇ ਉੱਤੇ ਮੈਨੂੰ ਮਹਾਰਾਜ ਬਖਸ਼ਿਸ਼ ਕਰਨਗੇ, ਕਿਉਂਕਿ ਮੈਂ ਅੱਤ ਦੀ ਗਰੀਬੀ ਦੇਖੀ ਹੈ, ਤੁਸੀਂ ਸਾਰੇ ਜਾਣੇ ਜਾਣਦੇ ਹੋ। ਗਰੀਬ ਘਰਾਣੇ ਦੇ ਵਿੱਚ ਜਿਹੜਾ ਪੈਦਾ ਹੁੰਦਾ ਉਹਨੂੰ ਪਤਾ ਹੁੰਦਾ ਵੀ ਗਰੀਬੀ ਕੀ ਹੈ। ਜਦੋਂ ਮੈਂ ਸਾਈਕਲ ਮੰਗਦਾ ਉਹਨੇ ਕਹਿਣਾ ਭਾਈ 8 ਵਜੇ ਨੂੰ ਸਾਡਾ ਸਾਈਕਲ ਮੋੜ ਕੇ ਦੇ ਦੀ। ਤੇ ਜਦੋਂ ਮੈਂ ਪਹਿਲਾਂ ਸਾਜ਼ ਲੈ ਕੇ ਆਇਆ ਸੀ ਸਰੰਗੀ, ਮੈਂ 10-10 ਰੁਪਈਏ ਲੋਕਾਂ ਤੋਂ ਉਧਾਰੇ ਫੜ ਕੇ ਫਿਰ ਮੈਂ ਸਰੰਗੀ ਲੈ ਕੇ ਆਇਆ ਸੀ। ਉਹਨਾਂ ਦਿਨਾਂ ਦੇ ਵਿੱਚ 12-13 ਕਸੌ ਦੀ ਮੈਨੂੰ ਸਰੰਗੀ ਮਿਲੀ ਸੀ, ਜਿਹਦੀ ਅੱਜ ਕੀਮਤ ਬਾਬਾ ਜੀ 20,000 ਰੁਪਈਏ ਹੈ। ਤੇ ਮਹਾਰਾਜ ਨੇ ਐਡੀ ਮੇਰੀ 'ਤੇ ਕਿਰਪਾ ਕਰ ਦਿੱਤੀ ਭਾਈ,
ਜਿਨ੍ਹਾਂ ਢਾਡਿਆਂ ਨੂੰ ਲੋਕ ਪੂਜਦੇ ਸੀ, ਗਿਆਨੀ ਦਇਆ ਸਿੰਘ ਦਿਲਵਰ ਵਰਗੇ, ਗਿਆਨੀ ਗੁਰਬਖਸ਼ ਸਿੰਘ ਲਵੇਲੇ ਵਰਗੇ, ਉਹਨਾਂ ਦੇ ਨਾਲ ਮੇਰੀਆਂ ਟੀ ਸੀਰੀਜ਼ ਦੇ ਵਿੱਚ 40 ਕੁ ਕੈਸਟਾਂ ਹੋਣਗੀਆਂ। ਐਡੇ ਗਰੀਬ ਘਰਾਣੇ ਦੇ ਵਿੱਚ ਪੈਦਾ ਹੋ ਕੇ ਮਹਾਰਾਜ ਐਡੀ ਵੱਡੀ ਸਾਨੂੰ ਬਖਸ਼ਿਸ਼ ਕਰ ਦੇਵੇ, ਫਿਰ ਮੈਂ ਹੱਥ ਜੋੜ ਕੇ ਕਹਿੰਦਾ ਮਹਾਰਾਜ ਹੋਰ ਨਹੀਂ ਮੰਗਣ ਤੋਂ ਕੁਛ ਰਹਿ ਗਿਆ। ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਪਿੱਛੇ ਜੇ ਮਹਾਰਾਜ ਨੇ ਮੇਰਾ ਇੱਕ ਇਮਤਿਹਾਨ ਲਿਆ ਜੀ, ਤੇ ਤਕਰੀਬਨ 8 ਸਾਲ ਦਾ ਮੇਰਾ ਬੇਟਾ ਸੀ, ਉਹ ਚੜ੍ਹਾਈ ਕਰ ਗਿਆ ਤੇ ਮੈਨੂੰ ਨਾਰਾਜ਼ਗੀ ਹੋਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ, ਮੈਨੂੰ ਨਾਰਾਜ਼ਗੀ ਹੋਈ ਆ ਬਾਬਾ ਜੀ ਦੇ ਨਾਲ, ਤੇ ਅੱਜ ਵੀ ਮੇਰੀ ਜ਼ਿੰਦਗੀ ਹਿੱਲ ਜਾਂਦੀ ਹੈ ਕਈ ਵਾਰ ਯਾਦ ਕਰਕੇ, ਸੁਣੋ ਸਾਰੇ ਜਾਣੇ। ਤੇ ਮੈਂ ਗਿਆ ਨਾ ਟਾਡੀਆਂ ਦੇ ਨਾਲ ਸਰਗੀ ਵਜਾਉਂਦਾ ਸੀ, ਉਹਨਾਂ ਨੂੰ ਜਵਾਬ ਦੇ ਦਿੱਤਾ ਇਹੋ ਜਿਹਾ ਸਰੀਰ ਹੋਇਆ। ਮੱਲੋ ਮੰਨੇ ਲੈ ਕੇ ਮੈਨੂੰ ਢਾਡੀ ਸਿੰਘ ਜਿੱਥੇ ਬਾਬਾ ਬੁੱਢਾ ਜੀ ਦੀ ਬੀੜ ਆ, ਉੱਥੇ ਪ੍ਰੋਗਰਾਮ ਤੇ ਗਏ ਤੇ ਰਾਤ ਨੂੰ ਮੈਨੂੰ ਸਾਰਾ ਕੁਝ ਦਿਖਾਈ ਦੇ ਗਿਆ। ਉਹੀ ਮੇਰਾ ਸਪੁੱਤਰ ਅੱਜ ਪਲੱਸ 2 ਦੇ ਵਿੱਚ ਪੜ ਰਿਹਾ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ, ਇਹ ਬਾਬਾ ਗੱਜਣ ਸ਼ਾਹ ਦੀ ਕਿਰਪਾ ਹੈ। ਜੋ ਕੁਝ ਮੈਂ ਨਹੀਂ ਸੀ ਮੰਗਿਆ ਉਹ ਵੀ ਮੈਨੂੰ ਬਾਬੇ ਨੇ ਦੇ ਦਿੱਤਾ ਹੈ। ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਆਓ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਆਵਾਜ਼ ਸੁਣੀ, ਕੋਈ ਗਰੀਬ ਵਿਅਕਤੀ ਆਪਣੇ ਘਰ ਦੇ ਵਿੱਚ ਬੈਠਾ ਸਾਜ ਬਣਾ ਰਿਹਾ, ਬਾਬਾ ਨਾਨਕ ਉਧਰ ਨੂੰ ਹੋ ਤੁਰਿਆ ਭਾਈ। ਜਦੋਂ ਬਾਬੇ ਨਾਨਕ ਨੇ ਤੱਕਿਆ, ਫਟੇ ਪੁਰਾਣੇ ਕੱਪੜਿਆਂ ਵਾਲਾ ਕੋਈ ਬੈਠਾ ਟੁੱਟੀ ਹੋਈ ਮੰਜੀ ਦੇ ਵਿੱਤੇ, ਤੇ ਰਬਾਬ ਵਜਾਉਂਦਾ ਬਾਬਾ ਨਾਨਕ ਭੁੰਜੇ ਹੀ ਬੈਠ ਗਿਆ, ਤੇ ਤੱਕਣ ਵਾਲੇ ਨੇ ਤੱਕਿਆ, ਬਾਬਾ ਜੀ ਤੁਸੀਂ ਭੁੰਜੇ ਕਿਉਂ ਬੈਠੇ ਹੋ? ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਮਰਦਾਨਾ ਜੀ ਹੋਰ ਰਬਾਬ ਵਜਾਓ, ਮੈਨੂੰ ਆਨੰਦ ਆਉਂਦਾ ਹੈ। ਪੁੱਛਣਾ ਕੀਤਾ ਹੈ, ਰਿਵਾਜ ਬੜੀ ਵਧੀਆ ਵਜਾਉਂਦੇ ਹੋ, ਸਾਜ ਵਧੀਆ ਵਜਾਉਂਦੇ ਹੋ, ਮੇਰੇ ਨਾਲ ਚੱਲੋਗੇ? ਜਥਾ ਬਣਾਵੋਗੇ ਜਿਵੇਂ ਆਪਾਂ ਅੱਜ ਕੱਲ੍ਹ ਕਹਿ ਦਈਏ, ਤੁਸੀਂ ਸਾਜ ਵਧੀਆ ਵਜਾਉਂਦੇ ਹੋ, ਮੇਰੇ ਨਾਲ ਚੱਲੋਗੇ? ਮਰਦਾਨਾ ਕਹਿੰਦਾ ਬਾਬਾ ਤੂੰ ਤਾਂ ਕਈ ਕਈ ਮਹੀਨੇ ਘਰ ਨਹੀਂ ਆਉਂਦਾ ਤੇ ਮੇਰਾ ਪਰਿਵਾਰ ਭੁੱਖਾ ਮਰ ਜਾਵੇਗਾ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਮਰਦਾਨਾ ਜੀ ਹੁਣ ਤੇਰਾ ਪਰਿਵਾਰ ਦੀ ਪਾਲਣ ਪੋਸ਼ਣ ਕੌਣ ਕਰਦਾ, ਕਿਵੇਂ ਤੇਰਾ ਰੁਜ਼ਗਾਰ ਚੱਲਦਾ ਹੈ? ਮਰਦਾਨਾ ਜੀ ਕਹਿੰਦੇ ਬਾਬਾ ਸੁਣ ਲੈ, ਮੈਂ ਗਰੀਬ ਹਾਂ, ਜਿਨ੍ਹਾਂ ਦੇ ਘਰਾਂ ਦੇ ਵਿੱਚ ਪੁੱਤਰ ਪੈਦਾ ਹੁੰਦਾ ਹੈ, ਜਿਨ੍ਹਾਂ ਦੇ ਘਰਾਂ ਦੇ ਵਿੱਚ ਮੰਗਣੇ ਮੁਕਲਾਵੇ ਹੁੰਦੇ ਨੇ, ਉਹਨਾਂ ਦੇ ਦਰਾਂ ਦੇ ਵਿੱਚ ਬੈਠ ਕੇ ਨਾ ਮੈਂ ਬੋਰੀ ਵਿਛਾ ਕੇ ਬਹਿ ਜਾਂਦਾ, ਆ ਰਬਾਬ ਵਜਾਉਂਦਾ, ਮੇਰੀ ਰਬਾਬ ਤੋਂ ਖੁਸ਼ ਹੋ ਕੇ ਲੋਕ ਮੇਰੇ ਵੱਲ ਆਨੇ ਦੁਆਨੇ ਸਿੱਟਦੇ ਨੇ, ਮੈਂ ਇਕੱਠੇ ਕਰਕੇ ਲੈ ਆਉਂਦਾ, ਉਹਨਾਂ ਦੇ ਨਾਲ ਮੇਰੇ ਬੱਚੇ ਪੜ੍ਹਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਮਰਦਾਨਾ ਜੀ ਸਾਧੂ ਬੋਲੇ ਸਹਿਜ ਸੁਪਾਏ, ਸਾਧ ਤਾਂ ਬੋਲਿਆ ਵਿਰਥਾ ਨਾ ਜਾਏ। ਮਹਾਰਾਜ ਕਹਿੰਦੇ ਲੋਕਾਂ ਦੀ ਖੁਸ਼ਾਮਦ ਕਰਦੇ ਨਾਲ ਤੇਰੀ ਜ਼ਿੰਦਗੀ ਚੱਲਦੀ ਹੈ। ਮਰਦਾਨਾ ਜੀ ਜੇਕਰ ਅਕਾਲ ਪੁਰਖ ਦੀ ਸਿੱਧੀ ਉਬੰਦਗੀ ਕਰਨ ਲੱਗ ਜਾਵੇ ਤੇਰੀਆਂ ਪੌਂ 12 ਹੋ ਜਾ ਬਣ ਗਈਆਂ ਜੀ। ਬੋਲ ਫਕੀਰਾ ਦੇ, ਬੋਲ ਫਕੀਰਾ ਦੇ, ਮੇਰੀ ਜ਼ਿੰਦਗੀ ਬਦਲ ਗਏ। ਬੋਲ ਫਕੀਰਾ ਦੇ, ਜ਼ਿੰਦਗੀ ਬਦਲ ਗਏ। ਬੋਲ ਫਕੀਰਾ ਦੇ, ਬੋਲ ਫਕੀਰਾ ਦੇ, ਮੇਰੀ ਜ਼ਿੰਦਗੀ ਬਦਲ ਗਏ। ਬੋਲ ਫਕੀਰਾ ਦੇ, ਮੇਰੀ ਜ਼ਿੰਦਗੀ ਬਦਲ ਗਏ। ਓ ਫਕੀਰਾ ਦੇ,
ਪਾਤਸ਼ਾਹ ਮਹਾਰਾਜ ਜੀ ਅੱਜ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਕਿੱਥੇ ਪਹੁੰਚਦੇ ਨੇ, ਜਿੱਥੇ ਅੱਜ ਕੱਲ ਕਰਤਾਰਪੁਰ ਵਸਾਇਆ ਹੋਇਆ ਹੈ। ਕਰਤਾਰਪੁਰ ਵਸਣ ਤੋਂ ਪਹਿਲਾਂ ਇੱਥੇ ਬਾਬਾ ਨਾਨਕ ਨੇ ਜਾ ਕੇ ਇੱਕ ਨਦੀ ਦੇ ਕਿਨਾਰੇ ਤੇ ਉਹ ਕੁਝ ਦੂਰ ਜਾ ਕੇ ਚੌਂਕੜਾ ਮਾਰਿਆ। ਇੱਥੋਂ ਕੁਝ ਦੂਰੀ ਤੇ ਅੱਜ ਕੱਲ ਦਾ ਮੌਸਮ ਹੈ, ਕਣਕ ਦੀ ਬਿਜਾਈ ਹੋ ਰਹੀ ਹੈ, ਇੱਕ ਕਿਸਾਨ ਆਪਣੇ ਖੇਤਾਂ ਨੂੰ ਵਾਹ ਰਿਹਾ ਹੈ। ਇੱਥੇ ਬਾਬਾ ਨਾਨਕ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਭਾਈ ਵਾਲਾ ਜੀ ਤਿੰਨੇ ਜਾਣੇ ਬੈਠਦੇ ਆ, ਚੌਂਕੜਾ ਮਾਰਦੇ ਨੇ, ਉੱਚੀ ਆਵਾਜ਼ ਦੇ ਨਾਲ ਅਕਾਲ ਪੁਰਖ ਦੀ ਬੰਦਗੀ ਕਰਦੇ ਨੇ। ਤੱਕਣ ਵਾਲਾ ਤੱਕਦਾ ਹੈ, ਸਵੇਰ ਤੋਂ ਇਹਨਾਂ ਦਾ ਚੌਂਕੜਾ ਵੱਜ ਜਾਂਦਾ ਹੈ, ਹਨੇਰਾ ਪਸਰ ਜਾਂਦਾ, ਨਾ ਕੁਝ ਛਕਦੇ ਨੇ, ਨਾ ਕਿਸੇ ਨੂੰ ਬੁਲਾਉਂਦੇ ਨੇ, ਤੇ ਇਸੇ ਤਰ੍ਹਾਂ ਬੰਦਗੀ ਕਰੀ ਜਾਂਦੇ ਨੇ। ਹੁਣ ਤਾਂ ਸਮਾਂ ਹੋਰ ਹੈ, ਹੁਣ ਘਰ ਘਰ ਵਿੱਚ ਅਖੰਡ ਪਾਠ ਦਾ ਭੋਗ ਪੈਣਾ ਹੋਵੇ ਨਾ, ਸਾਰਾ ਟੱਬਰ ਬਾਹਰ ਹਾਰ ਚੱਕੀ ਖੜਾ ਹੁੰਦਾ, ਕਾਹਦੇ ਵਾਸਤੇ? MLA ਸਾਹਿਬ ਨੇ ਆਉਣਾ ਤੇ ਇਹਦੇ ਗੁਰੂ ਗ੍ਰੰਥ ਸਾਹਿਬ ਵਾਲਿਆਂ ਨੂੰ ਛੱਡ ਕੇ ਆਉਣਾ ਭਾਈ? ਫੇਰ ਨਹੀਂ ਬਾਬਾ ਜੀ, ਤੁਸੀਂ ਲੈ ਜਾਓ ਪੰਜ ਗ੍ਰੰਥੀਓ, ਅਸੀਂ ਤਾਂ ਸ਼ਿਜਾਨ ਹੀ ਨਹੀਂ ਕੀਤਾ ਜੇ ਤੱਕ। MLA ਨੂੰ ਹਾਰ ਪਾਉਣਾ ਜ਼ਰੂਰੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕੋਈ ਜ਼ਰੂਰੀ ਨਹੀਂ ਰਿਹਾ। ਅਤੇ ਮੈਂ ਇੱਕ ਦਿਨ ਭੋਗ ਪਾਉਣ ਲੱਗਿਆ, ਮੇਰੇ ਗੱਲ ਯਾਦ ਆ ਗਈ ਪਿੱਛੇ ਜੇ, ਉਹ ਦੋਵੇਂ ਜਾਣੇ ਪਿਓ ਪੁੱਤ, ਇੱਕ ਮੇਰਾ ਇੱਧਰੋਂ ਮੋਢਾ ਘੁੱਟ ਦੇਵੇ, ਕਿੱਧਰੋਂ ਬਾਬਾ ਹੌਲੀ ਚੱਲ, ਮੈਂ ਕਿਹਾ ਜੀ ਤੱਕਿਆ ਪਿੱਛੇ ਨੂੰ, ਇਹ ਲੜਕਾ ਮੇਰਾ ਮੇਰੇ ਕੋਲ ਆ ਕੇ ਕੰਨ ਵਿੱਚ ਕਹਿਣ ਲੱਗਾ, ਬਾਬਾ ਜੀ ਇਹ ਤਾਂ ਕਹਿੰਦੇ ਨੇ ਮੁੰਡੇ ਦਾ ਮਾਮਾ ਨਹੀਂ ਆਇਆ, ਹੌਲੀ ਹੋਰ ਜੋ। ਮੈਂ ਕਿਹਾ ਜੀ ਇਹ ਤਾਂ ਪੰਨੀ ਦੋ ਰਹਿੰਦੇ ਨੇ, ਮੁੰਡੇ ਦਾ ਮਾਮਾ ਖਬਰਾਂ ਕਦੋਂ ਆਵੇ, ਬੈਠੇ ਬੈਠਿਆਂ ਨੂੰ ਸਾਨੂੰ 2:30 ਵੱਜ ਜਾਵਣ, ਭੋਗ ਨਹੀਂ ਪਾਉਣ ਦਿੰਦੇ ਹੁੰਦੇ, ਉੱਧਰ ਤਾਂ ਸਾਡਾ ਧਿਆਨ ਨਹੀਂ ਹੁੰਦਾ। ਗੁਰਬਾਣੀ ਦੇ ਵਿੱਚ ਧਿਆਨ ਰਿਸ਼ਤੇਦਾਰਾਂ ਦੇ ਵੱਲ ਨਾ, ਅਤੇ ਹੋਰ ਸੁਣ ਲਓ, ਟੈਂਟ ਲੱਗਿਆ ਹੁੰਦਾ, ਉਹਦੇ ਵਿੱਚ ਰਸਗੁੱਲੇ ਮਠਿਆਈ ਸਾਰਾ ਕੁਝ ਹੁੰਦਾ, ਦੋ ਜਾਣੇ ਉਹਨਾਂ ਨੂੰ ਖਿਲਾਉਣ ਵਾਸਤੇ ਖੜੇ ਹੁੰਦੇ ਨੇ, ਇੱਧਰ ਨੂੰ ਚੱਲੋ, ਜੇ ਕੋਈ ਰਿਸ਼ਤੇਦਾਰ ਆਉਂਦਾ ਉਹਨੂੰ ਪਹਿਲਾਂ ਹੀ ਇੱਧਰ ਨੂੰ ਆਓ ਜੀ, ਜਿਵੇਂ ਦੁਕਾਨਾਂ 'ਤੇ ਖੜੇ ਹੁੰਦੇ ਸੀ ਨਾ, ਅੱਗੇ ਵੀ ਸਾਡੇ ਕੋਲ ਆ ਰੇਸ਼ਮੀ ਸੂਟ ਨੇ, ਸਾਡੇ ਕੋਲ ਬਾਟਾ ਦੇ ਬੂਟ ਨੇ, ਇੱਧਰ ਆਓ, ਅਤੇ ਹੁਣ ਰਸਗੁੱਲੇ ਖਿਲਾਉਣ ਵਾਲਿਆਂ ਦਾ ਪ੍ਰਬੰਧ, ਉਹ ਦੋ ਤਿੰਨ ਜਾਣੇ ਖੜੇ ਹੁੰਦੇ ਨੇ, ਇੱਧਰ ਆਓ ਜੀ, ਇੱਧਰ ਨੂੰ ਆਓ। ਅਤੇ ਮੈਂ ਕਿਹਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹਦਾ ਪਾਠ ਹੋ ਰਿਹਾ, ਦੋ ਜਾਣੇ ਇੱਧਰ ਵੀ ਕਹਿ ਦਿਆ ਕਰੋ, ਬਾਬਾ ਜੀ ਇੱਧਰ ਗੁਰੂ ਗ੍ਰੰਥ ਸਾਹਿਬ ਜੀ ਨੇ, ਉਹ ਤਾਂ ਕੋਈ ਨਹੀਂ ਕਹਿੰਦਾ, ਰਸਗੁੱਲੇ ਜ਼ਰੂਰੀ ਨੇ, ਇਸੇ ਕਰਕੇ ਤਾਂ ਅਸੀਂ ਪਿੱਛੇ ਪੈ ਗਏ ਹਾਂ, ਇਸੇ ਕਰਕੇ ਸਿੱਖੀ ਸਾਡੇ ਤੋਂ ਕੋਹਾਂ ਦੂਰ ਹੁੰਦੀ ਜਾ ਰਹੀ ਹੈ। ਅਤੇ ਅੱਜ ਇਹ ਹਲ ਚਲਾਉਣ ਵਾਲਾ ਸਿੱਖ ਜਿਹਦਾ ਨਾਮ ਹੈ ਭਾਈ ਦੋਦਾ, ਇਹ ਤੱਕਦਾ, ਇਹ ਜਿਹੜੇ ਤਿੰਨੇ ਜਾਣੇ ਭਾਗਵੇਂ ਕੱਪੜਿਆਂ ਵਾਲੇ ਬੈਠੇ ਨੇ, ਕਿਤੇ ਜਾਂਦੇ ਹੀ ਨਹੀਂ, ਬੈਠਿਆਂ ਨੂੰ ਦੋ ਦਿਨ ਹੋ ਗਏ, ਇਹਦੀ ਧਰਮ ਪਤਨੀ ਨਾ ਆਪਣੇ ਪਤੀ ਦੀ ਖਾਤਰ ਘਰ ਦੇ ਵਿੱਚੋਂ ਪ੍ਰਸ਼ਾਦਾ ਲੈ ਕੇ ਜਾਂਦੀ ਹੈ, ਕਿਤੇ ਮੇਰਾ ਪਤੀ ਥੱਕ ਨਾ ਗਿਆ ਹੋਵੇ,
ਸਿਆਣੀਆਂ ਧਰਮ ਪਤਨੀਆਂ ਆਪਣੇ ਪਤੀਆਂ ਦਾ ਖਿਆਲ ਰੱਖਦੀਆਂ ਨੇ। ਪਿੱਛੇ ਜੇ ਵਰਤਾਂ ਦਾ ਦਿਨ ਲੰਘ ਕੇ ਗਿਆ, ਬੜਾ ਧਿਆਨ ਰੱਖਿਆ ਭੈਣਾਂ ਨੇ ਬੀਬੀਆਂ ਨੇ, ਤੇ ਮੈਂ ਇੱਕ ਬੀਬੀ ਨੂੰ ਪੁੱਛ ਲਿਆ, ਬੀਬੀ ਇਹ ਕਾਹਦੇ ਖਾਤਰ ਰੱਖਦੇ ਹੋ? ਕਹਿੰਦੇ ਜੀ ਇਹਦੇ ਨਾਲ ਪਤੀ ਦੀ ਉਮਰ ਵੱਧ ਜਾਂਦੀ ਹੈ। ਮੈਂ ਕਿਹਾ ਕਮਾਲ ਹੈ ਜੀ ਇਹ ਤਾਂ। ਸਤਿਗੁਰ ਤਾਂ ਕਹਿੰਦੇ ਨੇ ਘਣ ਕਾਲੇ ਸਭ ਦਿਵਸ ਸਾਸ ਨੇ ਵੱਢਣ ਘਟਣ ਤਿਲ ਸਾਰ, ਸਵਾਸਾਂ ਦੀ ਗਿਣਤੀ ਦੇ ਵਿੱਚ ਵਾਧਾ ਨਹੀਂ, ਤੁਸੀਂ ਵਰਤ ਰੱਖਣ ਦੇ ਨਾਲ ਵਧਾ ਦਿੰਦੇ ਹੋ। ਇੱਕ ਭੈਣ ਨੇ ਵਰਤ ਰੱਖਿਆ, ਸੁਣਿਓ ਜੀ, ਅੰਮ੍ਰਿਤ ਵੇਲੇ ਤੋਂ ਹਾਰ ਸ਼ਿੰਗਾਰ ਕਰੀ ਬੈਠੀ ਆ ਤੇ ਉਹਦਾ ਪਤੀ ਵਿਚਾਰਾ ਕਿਤੇ ਹੜਵਾ ਕੇ ਘਰੇ ਆਇਆ, ਉਹਨੂੰ ਪਾਣੀ ਨਹੀਂ ਪੁੱਛਿਆ, ਉਹਨੇ ਤਿੰਨ ਚਾਰ ਹਾਕਾਂ ਮਾਰੀਆਂ, ਭਗਵਾਨ ਨੇ ਕਿੱਥੇ ਹੈ। ਉਹ ਵਿਚਾਰੀ ਆਪਣੇ ਹਾਰ ਸ਼ਿੰਗਾਰ ਦੇ ਵਿੱਚ ਮਗਨ ਹੋਈ ਪਈ, ਉਹਨੇ ਸੁਣਿਆ ਨਹੀਂ ਵੀ ਮੇਰਾ ਪਤੀ ਦੇਵ ਆਇਆ, ਉਹਦਾ ਪਾਰਾ 100 ਡਿਗਰੀ 'ਤੇ ਚੜ੍ਹ ਗਿਆ ਪਤੀ ਦਾ। ਉਹਨੇ ਫੇਰ ਆਵਾਜ਼ ਮਾਰੀ, ਕਹਿੰਦਾ ਕਿੱਥੇ ਹੈ, ਦਿਖਾਈ ਨਹੀਂ ਦਿੰਦੀ। 2-3 ਵਾਰ ਆਵਾਜ਼ਾਂ ਮਾਰੀਆਂ ਤੇ ਜਦੋਂ ਸੁਣਿਆ ਨਾ, ਧਰਮ ਪਤਨੀ ਵਿਚਾਰੀ ਕਿੰਨੀ ਭਾਗਾਂ ਵਾਲੀ ਹੈ, ਕਿੰਨੀ ਧਰਮਾਤਮਾ ਤੱਕ ਉਹ ਕਿਵੇਂ ਫੁੱਲ ਵਰਸਾਉਂਦੀ ਹੈ, ਕਹਿੰਦੀ ਆ ਗਿਆ? ਕਹਿੰਦਾ ਹਾਂ। ਕਹਿੰਦੀ ਸੁੱਖ ਨਾਲ ਤੇਰਾ ਹੀ ਸੀ ਆਪਾਂ ਕਰਨ ਲੱਗੀ। ਵਰਤਾਂ ਦੀ ਕਹਾਣੀਆਂ ਮਹਾਰਾਜ ਜੀ ਕਹਿੰਦੇ ਨੇ, ਛੋਡੇ ਅੰਨ ਕਰੇ ਪਖੰਡ, ਨਾ ਸੁਹਾਗਣ ਨਾ ਉਹ ਰੰਡ। ਅੰਨ ਛੱਡਣ ਦੇ ਨਾਲ ਕੁਛ ਨਹੀਂ ਬਣਦਾ, ਸਰੀਰ ਦੇ ਵਿੱਚ ਬੋਧ ਨਾ ਪਾ ਲਿਓ, ਕਿਤੇ ਵੈਸ ਹੀ ਨਾ ਮਹੀਨੇ ਵਿੱਚ ਇੱਕ ਅੱਧਾ ਵਰਤ ਰੱਖ ਲਿਓ, ਇਹਦੇ ਨਾਲ ਪਤੀ ਦਾ ਕੋਈ ਸੰਬੰਧ ਨਹੀਂ ਹੈ। ਅੱਜ ਕੀ ਹੋਇਆ ਜੀ, ਭਾਈ ਦੋਦੇ ਦੀ ਧਰਮ ਪਤਨੀ ਲੈ ਕੇ ਪ੍ਰਸ਼ਾਦਾ ਆਪਣੇ ਪਤੀ ਕੋਲ ਬੈਠੀ ਆ, ਗੱਲਾਂ ਕਰਦੇ ਨੇ। ਕਹਿੰਦੀ ਪਤੀ ਦੇਵ, ਆਹ ਜਿਹੜੇ 3 ਜਣੇ ਬੈਠੇ ਨੇ ਇੱਥੇ, ਕਿੰਨਾ ਕੁ ਚਿਰ ਹੋ ਗਿਆ ਦੋਦਾ? ਕਹਿੰਦਾ ਜੀ ਬੈਠ, ਮੈਂ ਤਾਂ ਆਪ ਦੇਖਦਿਆਂ ਨੂੰ ਕਈ ਦਿਨ ਹੋ ਗਏ, ਨਾ ਕਿਤੇ ਜਾਂਦੇ ਨੇ, ਨਾ ਕੋਈ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਲੈ ਕੇ ਆਉਂਦਾ, ਇਹ ਛੱਕਦੇ ਕੀ ਨੇ? ਹੈਰਾਨ ਹੋ ਗਏ 2 ਜਣੇ। ਹੁਣ ਪਤਨੀ ਸਿੱਧੀ ਤਾਂ ਕਹਿ ਨਹੀਂ ਸਕਦੀ ਵੀ ਮੈਂ ਇਹਨਾਂ ਦਾ ਦਰਸ਼ਨ ਕਰਨੇ, ਮੈਂ ਸਤ ਸੰਗਤ ਕਰਨੀ ਹੈ, ਡਰਦੀ ਹੈ ਪਤੀ ਤੋਂ, ਪਤੀ ਕਹਿੜੇ ਸੁਭਾਅ ਦਾ, ਇੱਦਾਂ ਨਹੀਂ ਕਿਹਾ ਵੀ ਮੈਂ ਇਹਨਾਂ ਦੀ ਸੰਗਤ ਕਰਨੀ ਹੈ। ਜਦੋਂ ਕੋਲ 'ਚ ਲੰਘਣ ਲੱਗਦੀ ਹੈ ਨਾ, ਤੇ ਬਾਬੇ ਨਾਨਕ ਦੇ ਬੋਲ ਇਹਦੇ ਕੰਨਾਂ ਵਿੱਚ ਪੈ ਜਾਂਦੇ ਨੇ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਤੇ ਭਾਈ ਦੋਦੇ ਦੀ ਧਰਮ ਪਤਨੀ ਦੇ ਮਨ ਵਿੱਚ ਆਇਆ ਮਨਾ ਕਿ ਉਹਨਾਂ ਇਹਨਾਂ ਮਹਾਂਪੁਰਸ਼ਾਂ ਦੀ ਸੇਵਾ ਕਰਾਂ। ਅੱਜ ਘਰ ਦੇ ਵਿੱਚੋਂ ਚੱਲੀ ਹੈ ਜੀ, ਇਹਨੇ ਆਪਣੇ ਪਤੀ ਦੀ ਖਾਤਰ ਪੌਣੇ ਦੇ ਵਿੱਚ ਪਹਿਲਾਂ ਵਾਂਗ ਹੀ 5-7 ਪ੍ਰਸ਼ਾਦੇ ਬੰਨ ਲਏ ਨੇ, ਇੱਕ ਵੱਡੇ ਗੜਵੇ ਦੇ ਵਿੱਚ ਦੁੱਧ ਭਰ ਲਿਆ ਤੇ 3-4 ਗਲਾਸੀਆਂ ਨਾਲ ਲੈ ਲਈਆਂ, ਲੋਟੇ ਜੇ ਨਾਲ ਲੈ ਲਏ। ਇਹਨੇ ਸੋਚਿਆ ਵੀ ਤੁਰਦੀ ਤੁਰਦੀ ਆ ਦੁੱਧ ਤਾਂ ਮਹਾਂਪੁਰਸ਼ਾਂ ਨੂੰ ਛਕਾ ਜਾਵਾਂਗੀ। ਜਦੋਂ ਲੰਘਣ ਲੱਗੀ, ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਚੀਜ਼ ਜਿੱਥੇ ਸਮਾਧੀ ਲੱਗੀ ਹੋਈ ਆ ਬਾਬੇ ਨਾਨਕ ਦੀ, ਕੀ ਹੋਇਆ ਜੀ, ਤੁਰਦੀ ਤੁਰਦੀ ਮਹਾਂਪੁਰਸ਼ਾਂ ਦੇ ਕੋਲ ਬੈਠ ਗਈ ਹੈ। ਭਾਈ ਮਰਦਾਨਾ ਜੀ ਨੇ ਪੁੱਛਣਾ ਕੀਤਾ, ਧੀਏ ਕਿਵੇਂ ਆਉਣਾ ਹੋਇਆ? ਨਾਮ ਜਪਣ ਵਾਲੇ ਇੱਦਾਂ ਹੀ ਬੋਲਦੇ ਹੁੰਦੇ ਨੇ। ਭਾਈ ਗੁਰਦਾਸ ਜੀ ਕਹਿੰਦੇ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਤੇ ਸਾਨੂੰ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਆਪਾਂ ਨੂੰ, ਉਦੋਂ ਵੀ ਦੱਸਿਆ ਜਾਂਦਾ, ਪੰਜ ਪਿਆਰੇ ਸਾਹਿਬ, ਜੇ ਤੇਰੀ ਉਮਰ ਤੋਂ ਵੱਡੀ ਆ ਉਹ ਮਾਂ ਹੈ, ਜਿਹੜੀ ਛੋਟੀ ਆ ਉਹ ਤੇਰੀ ਧੀ ਹੈ, ਜਿਹੜੀ ਬਰਾਬਰ ਦੀ ਉਹ ਤੇਰੀ ਭੈਣ ਹੈ। ਮਰਦਾਨਾ ਜੀ ਕਹਿਣ ਲੱਗੇ, ਧੀਏ ਕਿਵੇਂ ਆਉਣਾ ਹੋਇਆ? ਦੋਦੇ ਦੀ ਪਤਨੀ ਨੇ ਪੋਣਾ ਇੱਧਰ ਰੱਖ ਦਿੱਤਾ ਤੇ ਕਹਿੰਦੀ, ਮਹਾਂਪੁਰਸ਼ੋ ਤੁਹਾਡੇ ਖਾਤਰ ਦੁੱਧ ਲੈ ਕੇ ਆਈਆਂ। ਕੌਣ ਕੌਣ ਹੋ ਤੁਸੀਂ? ਮਰਦਾਨਾ ਜੀ ਨੇ ਕਿਹਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਨਹੀਂ ਜਾਣਦੀ ਸੀ ਅਜੇ ਕੌਣ ਨੇ ਇਹ। ਤੇ ਇੱਕ ਗੱਲ ਪੁੱਛਣ ਲੱਗੀ, ਬਾਬਾ ਜੀ ਤੁਸੀਂ ਛੱਕਦੇ ਕੀ ਹੁੰਦੇ ਹੋ? ਕਿੰਨਾ ਸਮਾਂ ਤੁਹਾਨੂੰ ਲੱਗ ਜਾਂਦਾ ਹੈ ਚੌਂਕੜਾ ਮਾਰਿਆਂ ਨੂੰ? ਤੇ ਹੁਣ ਗੁਰੂ ਘਰਾਂ ਦੇ ਵਿੱਚ ਤੱਕ ਲਿਓ, ਤੁਸੀਂ ਚੌਂਕੜੇ ਮਾਰੀ ਬੈਠੇ ਹੋ। ਨਹੀਂ, ਚੌਂਕੜਾ ਮਾਰਨਾ ਵੀ ਸਾਡੇ ਕੋਲੋਂ ਜ਼ਿਆਦਾ ਲੱਗਿਆ। ਇੱਕ ਦਿਨ ਅਸੀਂ ਆਨੰਦ ਕਾਰਜ, ਮੇਰੇ ਪਿੰਡ ਦੀ ਉਹ ਗੱਲ ਹੈ, ਹਫ਼ਤਾ ਕੁ ਹੋ ਗਿਆ ਜੀ,
ਮੁੰਡੇ ਨੇ ਵਿਚਾਰੇ ਨੇ ਵਿਹਲੇ ਨੇ ਜੀਨ ਪਾਈ ਹੋਈ, ਅਸੀਂ 10 ਵਜੇ ਬੈਠ ਗਏ, ਕਹਿੰਦੇ ਬਾਬਾ ਜੀ 12 ਵਜੇ ਤੋਂ ਪਹਿਲਾਂ ਪਹਿਲਾਂ ਆਨੰਦ ਕਰਵਾ ਦਿਓ। ਮੈਂ ਕਿਹਾ ਵੀ ਚੱਲ ਸ਼ਾਇਦ ਲੜਕੀ ਧੀ ਵੀ ਇੱਥੇ ਹੋਵੇ, ਗੁਰੂ ਘਰ ਦੇ ਵਿੱਚ ਬੈਠੀ ਹੋਵੇਗੀ। ਮੈਂ ਮੁੰਡੇ ਨੂੰ ਮੂਹਰੇ ਬਿਠਾ ਲਿਆ ਜਿੱਥੇ ਵਿਛਾਈ ਜਾਂਦੀ, ਬੈਠ ਪੁੱਤਰਾ ਤੇ ਅਨਾਊਂਸਮੈਂਟ ਕਰਤੀ ਭਾਈ ਬੀਬਾ ਜੀ ਨੂੰ ਲੈ ਕੇ ਆਓ। ਤੇ ਜਿੰਨੀਆਂ ਕੁ ਸਾਡੇ ਕੋਲ ਧਾਰਨਾ ਸੀ, ਮੇਰਾ ਕੱਲ ਘੰਟੇ ਡੇਢ ਘੰਟੇ ਵਿੱਚੋਂ ਮੁੱਕ ਗਈਆਂ। ਸ਼ਬਦ ਸਾਡੇ ਜਿੰਨੇ ਕੁ ਯਾਦ ਸੀ ਉਹ ਵੀ ਅਸੀਂ ਪੜ੍ਹਦੇ, ਬੀਬਾ ਜੀ ਆਈ ਉਹਨਾਂ। ਮੈਂ 2-3 ਵਾਰ ਕਹਿਤਾ ਬੀਬਾ ਜੀ ਨੂੰ ਲੈ ਕੇ ਆਓ। ਉਹ ਮੁੰਡਾ ਵਿਚਾਰਾ ਜੀਨ ਦੇ ਵਿੱਚ ਬੈਠਾ, ਕਦੇ ਚੌਂਕੜਾ ਗੋਡੇ ਸਿੱਧੇ ਕਰੇ, ਕਦੇ ਟੇਢੇ ਕਰੇ, 2-3 ਵਾਰ ਤਾਂ ਜਾ ਕੇ ਵਿਚਾਰਾ ਬਾਹਰ ਘੁੰਮ ਕੇ ਆਇਆ, ਇੰਨੀ ਟਾਈਟ ਜੀਨ ਪਾਈ ਹੋਈ ਉਹਨੇ। ਤੇ ਮੈਨੂੰ ਕਹਿੰਦਾ ਬਾਬਾ ਜੀ ਕਦੋਂ ਆਵੇਗੀ? ਮੈਂ ਪੁੱਛਣਾ ਕੀਤਾ, ਕੁੜੀ ਦਾ ਬਾਬਾ ਕੋਲ ਬੈਠਿਆ। ਮੈਂ ਬਾਬਾ ਜੀ ਕੋਲ ਤਾਂ ਆਓ, ਮੁੰਡਾ ਵਿਚਾਰਾ ਤੰਗ ਬੈਠਾ, ਇਹਨੂੰ ਕਿਉਂ ਪਹਿਲਾਂ ਹੀ ਫਾਹੇ ਟੰਗਿਆ? ਤੇ ਕੁੜੀ ਦਾ ਬਾਬਾ ਮੇਰੇ ਕੰਨ ਵਿੱਚ ਕਹਿ ਕੇ ਗਿਆ, ਬਾਬਾ ਜੀ ਉਹ ਤਾਂ ਖੰਨੇ ਗਈ ਹੋਈ ਹੈ ਲਹਿੰਗਾ ਲੈਣ, ਲਹਿੰਗਾ ਹੀ ਨਹੀਂ ਪਸੰਦ ਆਇਆ ਅਜੇ ਤੱਕ। ਸ਼ਾਮ ਦੇ 4 ਵੱਜ ਗਏ ਜਦੋਂ ਬੀਬਾ ਜੀ ਲਹਿੰਗਾ ਪਾ ਕੇ ਆਈ ਨਾ, ਮੇਰਾ ਖਿਆਲ 8 ਜਾਣੇ ਤੋਂ ਉਹਦਾ ਆਲੇ ਦੁਆਲੇ ਲਹਿੰਗਾ ਚੱਕੀ ਫਿਰਨ, ਜਦੋਂ ਉਹਨੇ ਵਿਚਾਰੀ ਨੇ ਆਲੇ ਦੁਆਲੇ ਫੇਰੇ ਲਏ, ਲਾਵਾਂ ਲਈਆਂ। ਇਹੋ ਜਿਹਾ ਸਾਡਾ ਰਸਮ ਰਿਵਾਜ ਆ ਗਏ ਨੇ, ਜਾਣੋ ਇਸ ਵੀ ਜਿੱਤ ਮੈਂ ਸਾਈ ਮਿਸਰਾ, ਕਾਹਦੀਆਂ ਰੀਤਾਂ ਨੇ। ਉਹ ਕਹਿੰਦੀ ਬਾਬਾ ਜੀ ਚੌਂਕੜਾ ਮਾਰਿਆਂ ਨੂੰ ਕਿੰਨਾ ਕਿੰਨਾ ਸਮਾਂ ਲੱਗ ਜਾਂਦਾ ਹੈ, ਤੇ ਛੱਕਦੇ ਕੀ ਹੋ? ਭਾਈ ਮਰਦਾਨਾ ਜੀ ਕਹਿੰਦੇ ਸਾਨੂੰ ਭੁੱਖ ਨਹੀਂ ਲੱਗਦੀ। ਤੇ ਦੋਦੇ ਦੀ ਪਤਨੀ ਕਹਿੰਦੀ ਛੱਕਦੇ ਤਾਂ ਕੁਛ ਹੋਵੋਗੇ, ਨਾ ਤੁਹਾਡੇ ਕੋਲ ਚੁੱਲ੍ਹੇ ਦੇ ਵਿੱਚ ਆ ਗਿਆ, ਨਾ ਤੁਹਾਨੂੰ ਕਿਸੇ ਨੇ ਨਿਉਂਦਾ ਦਿੱਤਾ, ਉਹ ਨਾ ਕੋਈ ਪ੍ਰਸ਼ਾਦਾ ਦੇਣ ਵਾਲਾ, ਛੱਕਦੇ ਕੀ ਹੋ? ਮਰਦਾਨਾ ਜੀ ਪਤਾ ਕੀ ਕਹਿੰਦੇ ਨੇ, ਸਾਡਾ ਭੋਜਨ ਜੀ ਦਰਸ਼ਨ ਸਤਿਗੁਰ ਨਾਨਕ ਦੇ, ਸਾਡਾ ਭੋਜਨ ਜੀ ਦਰਸ਼ਨ ਸਤਿਗੁਰ ਨਾਨਕ ਦੇ, ਸਤਿਗੁਰੂ ਨਾਨਕ ਦੇਵ।
ਅੱਖਾਂ ਜੀਵਾਂ ਬਿਸਰੈ ਮਰ ਜਾਓ, ਕਿਉਂਕਿ ਮਹਾਰਾਜ ਜੀ ਕਹਿੰਦੇ ਆਖਣ ਔਖਾ ਸਾਚਾ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੇ ਖਾਏ ਚਲੀਏ ਦੁੱਖ। ਤੇ ਧੀਏ ਸਾਨੂੰ ਭੁੱਖ ਨਹੀਂ ਲੱਗਦੀ, ਦੁੱਧ ਦੀ ਪਤਨੀ ਹੈਰਾਨ ਹੋ ਗਈ, ਕਹਿੰਦੀ ਮਹਾਂਪੁਰਸ਼ੋ ਇੱਦਾਂ ਕਿਵੇਂ ਹੋ ਸਕਦਾ। ਜਦੋਂ ਦੁੱਧ ਦੀ ਪਤਨੀ ਨੇ ਨਾ ਜਿਹੜੀ ਦੁੱਧ ਲੈ ਕੇ ਆਈ ਹੈ ਗੜਵਾ ਭਰ ਕੇ ਨੇ ਮਹਾਰਾਜ ਦੇ ਦੀਦਾਰੇ ਕੀਤੇ ਨਾ, ਹਾ 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 ਇਹ ਭਾਗਾਂ ਵਾਲੀ ਬਣ ਗਈ ਹੈ। ਮਹਾਰਾਜ ਨੇ ਉਹਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਦਿੱਤਾ। ਉਹ ਜਿਹਦੇ ਸਿਰ ਦੇ ਉੱਤੇ ਬਾਬੇ ਨਾਨਕ ਦਾ ਮਿਹਰ ਭਰਿਆ ਹੱਥ ਆ ਜਾਵੇ ਤੇ ਉਹਦੀਆਂ ਪੌਂ ਵਿਆਰਾਂ ਉਹ ਨਿਹਾਲ ਹੋ ਜਾਂਦਾ ਹੈ। ਮਿਹਰਬਾਨ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰਾਖੇਗਾ ਸਿਰਜਣ। ਤੇ ਦੋਦੇ ਦੀ ਪਤਨੀ ਕਹਿੰਦੀ ਮਹਾਂਪੁਰਸ਼ ਮੈਂ ਤਾਂ ਤੁਹਾਡੇ ਖਾਤਰ ਆ ਘਰ ਦੇ ਵਿੱਚ ਦੁੱਧ ਦਾ ਗੜਬਾ ਭਰ ਕੇ ਲੈ ਕੇ ਇਹਨੂੰ ਛਕੋ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨੇਤਰ ਖੋਲੇ। ਸਤਿਗੁਰੂ ਜੀ ਕਹਿੰਦੇ ਧੀਏ ਇਸ ਦੁੱਧ ਨੂੰ ਚਾਰ ਹਿੱਸਿਆਂ ਦੇ ਵਿੱਚ ਕਰ ਲੈ, ਚਾਰ ਹਿੱਸਿਆਂ ਦੇ ਵਿੱਚ। ਬਾਬੇ ਨਾਨਕ ਨੇ ਇੱਕ ਸਾਨੂੰ ਸਿਧਾਂਤ ਵੀ ਦਿੱਤਾ, ਸੰਦੇਸ਼ ਦਿੱਤਾ, ਇਹ ਸਾਡੀ ਮਰਿਆਦਾ ਹੈ। ਕਿਹੜੀ ਜੀ? ਪਹਿਲਾਂ ਤਾਂ ਕਮਾਉਣਾ ਹੈ, ਕਿਰਤ ਕਰਨੀ ਹੈ। ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਪਹਿਲਾਂ ਕਿਰਤ ਕਰੋ ਆਪਦੀ। ਏਦਾਂ ਨਹੀਂ ਕੰਮ 'ਤੇ ਨਹੀਂ ਜਾਣਾ, ਘਰੇ ਬੈਠਾ ਹੀ ਮਾਲੇ ਫੈਰੀ ਜਾਵੇਗਾ, ਨਹੀਂ। ਅਤੇ ਇੱਕ ਹੋਰ ਰਿਵਾਜ਼ ਹੈਗਾ, ਆਹ ਦਸਵੇਂ ਦਿਹਾੜੇ ਨੂੰ ਨਾ ਜਿੰਨੇ ਗੁਰਦੁਆਰੇ ਦੇ ਵਿੱਚ ਬਾਬੇ ਹੁੰਦੇ ਨੇ, ਗ੍ਰੰਥੀ ਹੁੰਦੇ ਨੇ, ਉਹਨਾਂ ਦੀ ਸ਼ਾਮਤ ਆ ਜਾਂਦੀ ਹੈ। ਮੇਰਾ ਖਿਆਲ 40-40 ਨੇ ਉਹਦੇ ਗੁਰਦੁਆਰਿਆਂ ਦੇ ਵਿੱਚ, 40 ਘਰਾਂ ਦੇ ਵਿੱਚ ਜਿਹੜਾ ਗ੍ਰੰਥੀ ਪ੍ਰਸ਼ਾਦਾ ਛਕ ਲੂ ਅੰਮ੍ਰਿਤ ਵੇਲੇ ਕਿਵੇਂ ਨਿਤਨੇਮ ਕਰ ਲੂ, 40 ਘਰਾਂ ਦੇ ਵਿੱਚ ਇੱਕ ਇੱਕ ਰੋਟੀ ਉਹ ਖਾ ਲਈ, 40 ਰੋਟੀਆਂ ਕਿਹੜਾ ਖਾ ਲੂਗਾ। ਅਤੇ ਸਾਡੇ ਗ੍ਰੰਥੀ ਸਿੰਘ ਤਾਂ ਰੱਖੀ ਤਾਂ ਹੋਏ ਨੇ, ਜਿਹੜਾ ਰੋਟੀ ਖਾਵੇ ਵੱਧ ਉਹਨੂੰ ਕਹਿੰਦੇ ਨੇ ਮਰਿਆਦਾ ਵਾਲਾ। ਜਿਹੜਾ ਮੇਰੇ ਵਾਲਾ ਕਹਿੰਦਾ ਮੈਂ ਨਹੀਂ ਖਾਂਦਾ ਜੀ, ਉਹਨੂੰ ਕਹਿੰਦੇ ਨਾ ਇਹ ਤਾਂ ਕੈੜੇ ਸੁਭਾਅ ਦਾ, ਇਹ ਕਲਯੁਗੀ ਹੈ, ਆਪੀ ਨਾ ਉਹ ਰੱਖ ਦਿੰਦੇ ਨੇ। ਮੈਂ ਹੁਣ ਉੱਥੇ ਨਾ ਗੁਰਦੁਆਰੇ ਸਾਹਿਬ ਦੇ ਵਿੱਚ ਇੱਕ ਅਨਾਊਂਸਮੈਂਟ ਕਰਤੀ, ਮੈਂ ਦੋ ਤਿੰਨ ਬੰਦੇ ਸਾਡੇ ਸਿੰਘ ਵੀ ਉੱਥੇ ਹੀ ਰਹਿੰਦੇ ਨੇ, ਮੈਂ ਕਿਹਾ ਜੀ ਜਿਨ੍ਹਾਂ ਨੇ ਇਹਨਾਂ ਨੂੰ ਪ੍ਰਸ਼ਾਦਾ ਛਕਾਉਣਾ ਇਕੱਲਾ ਇਕੱਲਾ 250 ਰੁਪਏ ਲੱਗੂਗਾ, ਜਿਹੜਾ ਮੈਨੂੰ ਲੈ ਕੇ ਜਾਏਗਾ ਮੈਂ 1100 ਰੁਪਏ ਇਹਨੂੰ ਨਹੀਂ ਛਕਾ ਜਾਂਦੇ ਨੇ, ਮੈਨੂੰ ਕੋਈ ਛਕਾਉਂਦਾ ਹੀ ਨਹੀਂ ਹੈ। ਉਹ ਕਹਿੰਦੇ ਬਾਬਾ ਜੀ ਸਸਤਾ ਸੌਦਾ ਠੀਕ ਆ, ਅਸੀਂ ਤੁਹਾਨੂੰ ਜ਼ਰੂਰ ਹੀ ਛਕਾਉਣਾ। ਇਹ ਹੀ ਵਿਚਾਰੇ ਆਪਣੇ ਫਿਰੀ ਜਾਂਦੇ ਨੇ ਸ਼ਾਮ ਤੱਕ। ਇੱਕ ਦਿਨ ਦੁਸਹਿਰੇ ਵਾਲੇ ਦਿਨ
ਸਾਡੇ ਕੋਲ 57 ਨਿਉਂਦੇ ਆ ਗਏ, 57 ਘਰਾਂ ਦੇ ਨਿਉਂਦੇ, ਉਹ ਸਾਰੇ ਸੁੱਖ ਨਾਲ ਇਹਨਾਂ ਨਹੀਂ ਛਕੇ ਨੇ, ਆਖੋ ਸਤਨਾਮ। ਤੇ ਅੱਜ ਕੀ ਹੋਇਆ, ਦੁੱਧ ਦੀ ਧਰਮ ਕਤਨੀ ਕਹਿੰਦੀ ਮਹਾਰਾਜ ਛਕ ਲਵੋ, ਮੈਂ ਘਰ ਦੇ ਵਿੱਚ ਬੜੀ ਸ਼ਰਧਾ ਦੇ ਨਾਲ ਲੈ ਕੇ ਆਈ ਹਾਂ। ਮਹਾਰਾਜ ਕਹਿੰਦੇ ਧੀਏ 4 ਹਿੱਸਿਆਂ ਦੇ ਵਿੱਚ ਪਾ ਲੈ। ਧੀ ਕਹਿੰਦੀ ਮਹਾਰਾਜ ਤੁਸੀਂ 3 ਜਾਣੇ ਹੋ, 3 ਜਗ੍ਹਾ ਤੇ ਕਰ ਲੈਂਦੇ ਹਾਂ। ਸਤਿਗੁਰੂ ਜੀ ਕਹਿੰਦੇ ਚੌਥੀ ਤੂੰ ਹੈ, ਸਾਡੀ ਧੀ ਹੈ, ਇਹ ਸਿੱਖੀ ਹੈ, ਆਪ ਜਪੋ, ਆਪਣਾ ਨਾਮ ਜਪਾਵੋ, ਵੰਡ ਕੇ ਛਕੋ। ਤੇ ਜਦੋਂ ਮੀਰ ਮਨੂ ਦੀ ਜੇਲ੍ਹ ਦੇ ਵਿੱਚ ਦੇਖਦੇ ਆ ਨਾ, ਇੱਕ ਰੋਟੀ ਦੇ 2 ਹਿੱਸੇ ਕਰ ਲਏ, ਅੱਧੀ ਅੱਧੀ ਰੋਟੀ ਕਰ ਲਈ। ਤੇ ਜਦੋਂ ਅੱਧੀ ਰੋਟੀ ਦੇ ਵਿੱਚੋਂ ਵੀ ਉਹਨੂੰ ਕਹਿੰਦੇ ਨੇ ਜੀ ਚੱਪੀ ਕਰ ਲਈ, ਚੱਪੀ ਦੇ ਵਿੱਚੋਂ ਵੀ ਹਿੱਸਾ ਕਰ ਲਿਆ, ਉਹਨੂੰ ਕਹਿੰਦੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਇੱਕ ਇੱਕ ਬੁਰਕੀ ਦੇ ਉੱਤੇ। ਐਂ ਨਹੀਂ ਵੀ ਮੈਂ ਇਕੱਲਾ ਹੀ ਆਫਰਿਆ ਫਿਰਨਾ, ਗੁਰੂ ਕਾ ਲੰਗਰ ਸਾਰਿਆਂ ਦੇ ਵਾਸਤੇ ਆ, ਚਾਹੇ ਥੋੜ੍ਹਾ ਚਾਹੇ ਬਹੁਤ ਹੈ, ਉਹਨੂੰ ਰਲ ਕੇ ਛਕਣਾ ਹੈ। ਅਤੇ ਇੱਥੇ ਚਾਹੇ ਕੋਈ 50 ਰੁਪਏ ਪਾ ਦੇਵੇ ਬਾਬੇ ਗੱਜਣ ਸ਼ਾਹ ਦੇ ਖਜ਼ਾਨਿਆਂ ਦੇ ਵਿੱਚ, ਲੰਗਰਾਂ ਦੇ ਵਿੱਚ, ਚਾਹੇ ਕੋਈ 5,000, ਚਾਹੇ ਕੋਈ 5,00,000, ਅਤੇ ਸਤਿਕਾਰ ਸਾਰਿਆਂ ਨੂੰ ਬਰਾਬਰ ਹੀ ਦਿੱਤਾ ਜਾਂਦਾ ਹੈ। ਇਹ ਗੁਰੂ ਨਾਨਕ ਦੇਵ ਮਹਾਰਾਜ ਦੀ ਪਰੰਪਰਾ ਹੈ। ਇੱਥੇ ਤਾਂ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਦੇ ਲੰਗਰਾਂ ਦੇ ਵਿੱਚ ਅਕਬਰ ਬਾਦਸ਼ਾਹ ਵਰਗਿਆਂ ਨੂੰ ਭੁੰਜੇ ਬੈਠ ਕੇ ਲੰਗਰਾਂ ਛਕਣਾ ਪੈ ਗਿਆ ਸੀ। ਸਤਿਗੁਰੂ ਜੀ ਕਹਿੰਦੇ ਧੀਏ 4 ਹਿੱਸੇ ਕਰ ਲੈ, 4 ਗਲਾਸਾਂ ਦੇ ਵਿੱਚ ਪਾ ਲਿਆ ਜੀ। ਇਸ ਬੀਬੀ ਨੇ ਦੁੱਧ ਛਕਿਆ, ਤੇ ਦੋਦੇ ਦੇ ਧਰਮ ਪਤ ਨੇ ਛਕਣ ਤੋਂ ਬਾਅਦ ਮਹਾਂਪੁਰਸ਼ਾਂ ਨੇ ਛਕਿਆ। ਇਸੇ ਤਰ੍ਹਾਂ ਕਈ ਦਿਨ ਹੋ ਗਏ, ਇਹ ਘਰ ਦੇ ਵਿੱਚ ਆਉਂਦੀ ਹੈ, ਬਹੁਤ ਸਮਾਂ ਇਹਦਾ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਬਤੀਤ ਹੋਣ ਲੱਗ ਪਿਆ, ਆਨੰਦ ਆਉਣ ਲੱਗ ਜਾਂਦਾ, ਫੇਰ ਨਹੀਂ ਪਤਾ ਲੱਗਦਾ ਵੀ ਕਦੋਂ ਸਮਾਂ ਬਤੀਤ ਹੋ ਗਿਆ। ਫੇਰ ਤਾਂ ਬਾਣੀ ਪੜ੍ਹਨ ਵਾਲਾ ਕਹਿ ਉੱਠਦਾ ਹੈ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਫਿਰ ਕਹਿੰਦਾ ਸਾਚੇ ਸਾਹਿਬਾ ਕਿਆ ਨਾ ਹੀ ਕਰ ਤੇਰਾ, ਕਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਜਿਹਨੂੰ ਬਖਸ਼ਦਾ ਉਹੀ ਪਾਉਂਦਾ ਹੈ। ਤੇ ਅੱਜ ਕੀ ਹੋਇਆ ਜੀ, ਦੋਦੇ ਦੀ ਧਰਮ ਪਤਨੀ ਘਰੇ ਲੇਟ ਜਾਣ ਲੱਗ ਪਈ, ਤੇ ਚੁਗਲ ਖੋਰਾਂ ਨੇ ਅੱਤ ਚੁੱਕ ਲਈ। ਇੱਕ ਵਿਦਵਾਨ ਲਿਖਦਾ ਹੈ, ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ, ਉਹ ਢਹਿੰਦਿਆਂ ਢਹਿੰਦਿਆਂ ਢਹਿ ਜਾਂਦੇ, ਚੁਗਲ ਖੋਰ ਨਾ ਚੁਗਲਿਓ ਬਾਜ ਆਉਂਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ, ਰੁੱਸੇ ਹੋਏ ਨੂੰ ਜੇਕਰ ਮਨਾਈਏ ਨਾ, ਪੁਆੜੇ ਪੈਂਦਿਆਂ ਪੈਂਦਿਆਂ ਰਹਿ ਜਾਂਦੇ। ਇਹਨਾਂ ਦੋਦੇ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਮਹਾਰਾਜ ਜੀ ਕਹਿੰਦੇ ਨੇ ਅਸੰਖ ਨਿੰਦਕ ਸਿਰ ਕਰੇ ਭਾਰ, ਕਿੰਨੇ ਹੀ ਨਿੰਦਕ ਆਪਣੇ ਸਿਰ ਤੇ ਭਾਰ ਕਰ ਲੈਂਦੇ ਨੇ ਦੂਜਿਆਂ ਦੀ ਨਿੰਦਾ ਕਰ ਕਰਕੇ। ਕਿਸੇ ਦੀ ਨਿੰਦਾ ਕਰਨੀ ਮਾੜੀ ਹੈ, ਉਹ ਨਿੰਦਾ ਭਲੀ ਕਿਸੇ ਦੀ ਨਹੀਂ, ਮਨ ਮੁਖ ਸਤਿ ਸ਼੍ਰੀ ਅਕਾਲ।
ਸੁਭਾਅ ਕਿਹੋ ਜਿਹਾ ਹੋ ਜਾਂਦਾ ਜਿਹੜੀ ਉਹਦੇ ਮਨ ਦੇ ਵਿੱਚ ਗੱਲ ਹੁੰਦੀ ਹੈ ਜਦੋਂ ਪੰਜ ਸੱਤ ਬੰਦਿਆਂ ਕੋਲ ਨਹੀਂ ਕਹਿ ਦਿੰਦਾ, ਉਹਦੇ ਢਿੱਡ ਦਾ ਗੁਬਾਰ ਜਿਹਾ ਨਹੀਂ ਨਿਕਲਦਾ, ਉਹਨਾਂ ਚਿਰ ਉਹਨੂੰ ਸੋੜ ਜਿਹਾ ਚੁਭੀ ਜਾਂਦਾ। ਤੇ ਨਿੰਦਕਾਂ ਨੇ ਜਾ ਕੇ ਕੀ ਕੀਤਾ ਜੀ, ਦੋਤੇ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ, ਕਹਿੰਦੇ ਘਰੇ ਬੈਠਾ ਰਹਿਣਾ ਜਾਂ ਖੇਤਾਂ ਵਿੱਚ ਰਹਿਣਾ, ਘਰ ਦਾ ਵੀ ਖਿਆਲ ਰੱਖ ਲਿਆ ਕਰ। ਤੇ ਦੋਦਾ ਕਹਿੰਦਾ ਮੇਰੇ ਘਰ ਨੂੰ ਕੀ ਹੋ ਗਿਆ ਦੱਸੋ ਤਾਂ ਸਹੀ। ਤੇ ਗੁਆਂਢੀਆਂ ਨੇ ਕਹਿ ਦਿੱਤਾ ਪਤਾ ਤੇਰੀ ਧਰਮ ਪਤਨੀ ਕਿੱਥੇ ਜਾਂਦੀ ਹੈ, ਇਕਦਮ ਕਿੱਥੇ ਜਾਂਦੀ ਹੈ ਬੋਲੋ। ਤੇ ਨਿੰਦਕ ਕਹਿਣ ਲੱਗੇ ਤੇਰੀ ਧਰਮ ਪਤਨੀ ਸਾਧਾਂ ਦੇ ਵੇੜ ਵਿੱਚ ਆ ਗਈ ਹੈ, ਖੁਸ਼ ਸਤਨਾਮ। ਤੇ ਉਹਨਾਂ ਨੇ ਪਤਾ ਨੀ ਕੀ ਕਰ ਦਿੱਤਾ, ਹੁਣ ਇਹ ਸਾਂਭਦਾ ਆਪਣੇ ਘਰ ਨੂੰ, ਨਹੀਂ ਤਾਂ ਫਿਰ ਅੱਖਾਂ ਦੇ ਵਿੱਚ ਸੁੰਨ ਦੇ ਕੇ ਰੋਵੇਗਾ। ਤੇ ਦੋਦਾ ਵੀ ਕੰਨਾਂ ਦਾ ਕੱਚਾ ਨਹੀਂ ਸੀ, ਇਹਨੇ ਪੱਕੀ ਤਰ੍ਹਾਂ ਆਪਣੀ ਪਤਨੀ ਦੀ ਪੈਰਵਾਈ ਕਰਨੀ ਸ਼ੁਰੂ ਕਰ ਦਿੱਤੀ। ਇੱਕ ਦਿਨ ਕੀ ਹੋਇਆ ਜੀ, ਇਹਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ, ਬਸ ਇੱਕ ਧਾਰਨਾ ਲਾ ਕੇ ਮੈਂ ਸਮਾਪਤੀ ਕਰਨ ਲੱਗਿਆ ਪੰਜ ਸੱਤ ਮਿੰਟ ਦੇ ਵਿੱਚ ਵਿੱਚ, ਕਿਉਂਕਿ ਕਈ ਦਿਨਾਂ ਤੋਂ ਲਗਾਤਾਰ ਪ੍ਰੋਗਰਾਮ ਚੱਲ ਰਹੇ ਨੇ ਜੀ। ਕੱਲ੍ਹ ਨੂੰ ਵੀ ਸਾਡੇ ਦੋ ਪ੍ਰੋਗਰਾਮ ਨੇ, ਜਲੰਧਰ ਦੇ ਏਰੀਏ ਦੇ ਵਿੱਚ ਫਗਵਾੜੇ ਦੇ ਨੇੜੇ ਸਰਗੁੰਦੀ, ਉੱਥੇ ਸਾਡਾ 10 ਵਜੇ ਤੋਂ ਲੈ ਕੇ 12 ਵਜੇ ਤੱਕ ਰਾਤ ਦਾ ਉੱਥੇ ਦੀਵਾਨ ਹੈ ਚੱਕ ਥੋਥੜੇ ਵੀ ਗੁਰਾਇਆਂ ਦੇ ਕੋਲੇ। ਕੱਲ੍ਹ ਵੀ 2-3 ਦੀਵਾਨ ਰਾਤ ਦੇ ਲਾ ਕੇ ਆਏ, ਅੱਜ ਸਾਡੇ ਨਗਰ ਦੇ ਵਿੱਚ ਹੀ ਦੀਵਾਨ ਸੀ, ਇਸੇ ਕਰਕੇ ਮੈਂ ਜਲਦੀ ਹੀ ਸਮਾਪਤੀ ਕਰ ਦੇਣੀ ਹੈ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ, ਇੱਥੋਂ ਦੀ ਪ੍ਰਬੰਧਕ ਕਮੇਟੀ ਦਾ, ਸਾਰੇ ਰਿਸ਼ਤੇਦਾਰਾਂ ਦਾ, ਸਾਕ ਸੰਬੰਧੀ ਜਿੰਨੇ ਵੀ ਗੁਰੂ ਦੀਆਂ ਸੰਗਤਾਂ ਨੇ ਸਾਰਿਆਂ ਦਾ ਧੰਨਵਾਦ। ਤੁਸੀਂ ਕਿਰਪਾ ਕਰਦੇ ਹੋ, ਮੈਨੂੰ ਤੁਹਾਡੇ ਦਰਸ਼ਨ ਹੋ ਜਾਂਦੇ ਨੇ, ਬਾਬਾ ਗੱਜਣ ਸ਼ਾਹ ਜੀ ਦੇ ਦੀਦਾਰੇ ਹੋ ਜਾਂਦੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੈਠਣ ਦਾ ਮੈਨੂੰ ਵੀ ਸਮਾਂ ਮਿਲ ਜਾਂਦਾ ਹੈ। ਹਮ ਅਵਗੁਣ ਭਰੇ ਇੱਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਵਿਖ ਖਾਹੀ, ਮਾਇਆ ਗੋ ਪਰਮ ਪੈ ਭੁੱਲੇ, ਸੁੱਤ ਦਾਰਾ ਸੋ ਪ੍ਰੀਤ ਲਗਾਈ, ਕੁਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ, ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ। ਇਹ ਮੰਗ ਮੰਗ ਲਿਆ ਕਰੀਏ ਮਹਾਰਾਜ ਤੇ ਦਰ ਤੋਂ, ਜਿੱਥੇ ਪੁੱਤਰਾਂ ਧੀਆਂ ਦੀ ਖਾਤਰ ਬੜਾ ਕੁਝ ਮੰਗਦੇ, ਆਪਣੇ ਖਾਤਰ ਵੀ ਮੰਗ ਲਿਆ ਕਰੀਏ ਮਹਾਰਾਜ, ਮੈਨੂੰ ਨਾਮ ਬਾਣੀ ਦੀਆਂ ਦਾਤਾਂ ਦੇ ਦੇ, ਬਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ ਨਾਨਕ ਚਾਹੋ, ਤੇਰੇ ਗੁਣ ਗਾਉਂਦੇ ਰਹੀ ਸਤਿਗੁਰ ਜੀ, ਬੜਾ ਕੁਝ ਬਖਸ਼ਿਸ਼ ਕੀਤਾ ਹੈ। ਦੋਦੇ ਨੇ ਆਪਣੀ ਧਰਮ ਪਤੀ ਦਾ ਪਿੱਛਾ ਕੀਤਾ ਜੀ, ਇਹਦੀ ਪਤਨੀ ਜਦੋਂ ਤੁਰੀ, ਇਹ ਲੁਕਦਾ ਲੁਕਾਉਂਦਾ ਪਿੱਛੇ ਪਿੱਛੇ ਤੁਰਦਾ ਹੋਇਆ, ਕਦੇ ਝਾੜੀਆਂ ਦੋਲੇ ਲੁਕੇ, ਕਦੇ ਕਿਸੇ ਸਾਈਡ ਦੇ ਉੱਤੇ ਲੁਕੇ, ਤੇ ਹੈਰਾਨ ਹੋ ਗਿਆ ਜਦੋਂ ਇਹਦੀ ਧਰਮ ਪਤਨੀ ਇਹਨਾਂ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਜਾ ਕੇ ਬੈਠ ਗਈ। ਇਹ ਝਾੜੀਆਂ ਦੇ ਉੱਲੇ ਬੈਠ ਗਿਆ ਵੀ ਪਤਾ ਨੀ ਕੀ ਕੁਝ ਕਰਦੀ ਹੈ ਮੇਰੀ ਪਤਨੀ।
ਜਦੋਂ ਉਹਨੇ ਲਿਜਾ ਕੇ ਨਾ ਦੁੱਧ ਵਾਲਾ ਲੋਟਾ, ਦੁੱਧ ਵਾਲਾ ਗੜਬਾ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਰੱਖ ਦਿੱਤਾ, ਚਾਰ ਗਲਾਸ ਕੱਢ ਲਏ ਕਾਪੜਾਂ ਤੇ ਤਿੰਨੇ ਮਹਾਂਪੁਰਸ਼ਾਂ ਦੇ, ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਧੀਏ ਅੱਜ ਚਾਰ ਹਿੱਸਿਆਂ ਦੇ ਵਿੱਚ ਨਾ ਪਾਈਆਂ, ਅੱਜ ਪੰਜ ਹਿੱਸਿਆਂ ਦੇ ਵਿੱਚ ਕਰ ਲਈ ਦੁੱਧ ਨੂੰ। ਇਹ ਬੀਬੀ ਕਹਿਣ ਲੱਗੀ, ਬਾਬਾ ਜੀ ਕਿੰਨੇ ਦਿਨ ਹੋ ਗਏ ਚਾਰ ਹਿੱਸੇ ਕਰਦਿਆਂ ਦੁੱਧ ਦੇ, ਅੱਜ ਪੰਜਵਾਂ ਕੌਣ ਆ ਗਿਆ? ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਝਾੜੀਆਂ ਦੇ ਉੱਲੇ ਤੇਰਾ ਪਤੀ ਤੇਰਾ ਪਿੱਛਾ ਕਰਦਾ ਆ ਰਿਹਾ ਹੈ। ਉਹਨੂੰ ਆਵਾਜ਼ ਮਾਰਦਾ ਹੈ ਤੇ ਦੋਦੇ ਦੀ ਧਰਮ ਪਤਨੀ ਨੇ ਜਾ ਕੇ ਆਪਣੇ ਪਤੀ ਦੇਵ ਨੂੰ ਕਹਿ ਦਿੱਤਾ, ਪਤੀ ਦੇਵ ਉਹ ਮਹਾਂਪੁਰਸ਼ ਜਾਣੀ ਜਾਣਦੇ, ਆ ਜਾ ਤੈਨੂੰ ਆਵਾਜ਼ਾਂ ਮਾਰਦੇ ਨੇ। ਇਹ ਸ਼ਰਮਿੰਦਾ ਜਿਹਾ ਹੋਇਆ ਜੀ, ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਬੈਠ ਗਿਆ, ਪੰਜ ਹਿੱਸਿਆਂ ਵਿੱਚ ਦੁੱਧ ਪਾ ਲਿਆ, ਤੇ ਜਿਹੜਾ ਹੰਕਾਰ ਹੈ ਅਜੇ ਵੀ ਨਹੀਂ ਜਾਂਦਾ। ਕੀ ਹੋਇਆ? ਸਾਰੇ ਜਾਣੇ ਨੇ ਛਕ ਲਿਆ ਤੇ ਇਹਦੇ ਬੜਾ ਹਿੱਸਾ ਉੱਕਣੇ ਪਿਆ ਰਹਿ ਗਿਆ। ਮਹਾਰਾਜ ਜੀ ਕਹਿੰਦੇ, ਦੋਦਿਆ ਤੂੰ ਵੀ ਦੁੱਧ ਛਕ ਲੈ। ਇਹ ਕਹਿੰਦਾ, ਸਤਿਗੁਰ ਜੀ ਤੁਸੀਂ ਛਕ ਲਓ, ਅਸੀਂ ਤਾਂ ਛਕਦੇ ਹੀ ਰਹਿੰਦੇ ਹਾਂ। ਆਖੋ ਸਤਨਾਮ। ਮਹਾਰਾਜ ਜੀ ਕਹਿੰਦੇ, ਇਹ ਕਿਵੇਂ ਹੋ ਗਿਆ? ਕਹਿੰਦਾ, ਸਤਿਗੁਰੂ ਦੁੱਧ ਕਿੱਥੋਂ ਲੈ ਕੇ ਆਇਓ? ਹੰਕਾਰ ਬੋਲਦਾ ਅੰਦਰੋਂ, ਕਿੱਥੋਂ ਆਇਆ? ਮਹਾਰਾਜ ਜੀ ਕਹਿੰਦੇ, ਤੇਰੀ ਧਰਮ ਪਤਨੀ। ਕਹਿੰਦਾ, ਮਹਾਰਾਜ ਜੀ ਮੈਂ ਕੰਮ ਕਰਦਾ ਤਾਂ ਲੈ ਕੇ ਆਏ ਨਾ, ਘਰੇ ਲਵੇਰੀਆਂ ਨੂੰ ਪਾਲਦਾ ਤਾਂ ਤੁਸੀਂ ਦੁੱਧ ਹੁਣ ਮੈਨੂੰ ਹੀ ਦਿਖਾਈ ਜਾਂਦੀ, ਮੈਂ ਕਦੇ ਦੇਖਿਆ ਨੀ, ਅਜੇ ਵੀ ਹੰਕਾਰ ਵਾਲੇ ਮਾਰਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹਨੂੰ ਸਮਝਾਉਣ ਦਾ ਤਰੀਕਾ, ਜਿੱਥੇ ਨਾ ਜਿੱਥੇ ਬਾਬੇ ਨਾਨਕ ਨੇ ਤੱਕਿਆ ਵੀ ਇਹ ਲੋਕ ਬਾਣੀ ਤੋਂ ਮਨਕੁਣ ਹੋਏ ਨੇ, ਇਹਨਾਂ ਦੇ ਉੱਤੇ ਹੰਕਾਰ ਹਾਵੀ ਹੋ ਗਿਆ, ਤੇ ਬਾਬੇ ਨਾਨਕ ਨੇ ਗੁਰੂ ਦੇ ਸ਼ਬਦਾਂ ਦੇ ਨਾਲ ਉਹਨਾਂ ਦਾ ਇਲਾਜ ਕਰ ਦਿੱਤਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਚੜ੍ਹਿਆ ਸੋਧਣ ਧਰਤ ਲੁਕਾਈ, ਸਾਰੀ ਲੁਕਾਈ ਨੂੰ ਸਾਰੀ ਦੁਨੀਆਂ ਨੂੰ ਸੋਧਾ ਲਾਉਣ ਦਾ ਬਾਬੇ ਨਾਨਕ ਨੇ ਬੀੜਾ ਚੁੱਕਿਆ। ਜੇ ਬਾਬੇ ਨਾਨਕ ਦੇ ਸਾਹਮਣੇ ਸੱਜਣ ਵਰਗੇ ਆ ਗਏ ਨਾ, ਜਿਹਨਾਂ ਦਾ ਨਾਮ ਸੱਜਣ ਸੀ, ਸਤਿਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਨੂੰ ਕਹਿ ਦਿੱਤਾ, ਸੱਜਣ ਨਹੀਂ ਤੂੰ ਠੱਗ ਹੈ, ਇਹ ਕਾਹਦੇ ਵਾਸਤੇ ਠੱਗੀਆਂ ਮਾਰਦਾ? ਕਹਿੰਦਾ, ਮਹਾਰਾਜ ਆਪਣੇ ਪਰਿਵਾਰ ਦੀ ਖਾਤਰ। ਮਹਾਰਾਜ ਜੀ ਕਹਿੰਦੇ, ਪੁੱਛ ਗਿਆ ਜਿੱਥੇ ਲੇਖਾ ਜੇਖਾ ਹੋਵੇਗਾ ਨਾਲ ਜਾਵਣਗੇ? ਸੱਜਣ ਕਹਿੰਦਾ, ਮਹਾਰਾਜ ਜੀ ਨਾਲ ਨੀ ਕਿਸੇ ਨੇ ਜਾਣਾ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਜੇ ਬਾਬੇ ਨਾਨਕ ਦੀ ਨਿਗਾਹ ਦੇ ਵਿੱਚ ਭੂਮੀਏ ਚੋਰ ਵਰਗੇ ਆ ਗਏ, ਉਹ ਵੀ ਸੱਜਣ ਵਰਗੇ, ਜੇ ਮਲਕ ਭਾਗੋ ਵਰਗੇ ਆ ਗਏ ਬਾਬੇ ਨਾਨਕ ਨੇ ਉਹਨਾਂ ਨੂੰ ਵੀ ਦੇਵ ਤੇ ਬਣਾ ਦਿੱਤਾ। ਸਾਨੂੰ ਲੋੜ ਹੈ ਬਾਬੇ ਨਾਨਕ ਦੇ ਸਿਧਾਂਤ ਨੂੰ ਅਪਣਾਉਣ ਦੀ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਅਸਲੀ ਸਿੱਖ ਵਰਦੀ ਪਿਆਰਿਓ, ਬਾਣੀ ਬੜੀ ਪੜ੍ਹਦੇ ਆ ਤੇ ਈਰਖਾ ਨਹੀਂ ਸਾਡੇ ਸਾਥ ਛੱਡਦੀ, ਮਨ ਵਿੱਚ ਈਰਖਾ ਬੜੀ ਹੈ। ਗੁਰੂ ਜੀ ਕਹਿੰਦੇ, ਅੰਤਰ ਅਗਨ ਬਾਹਰ ਤਨ ਸਵਾ, ਗਲ ਪਾਥਰ ਕੈਸੇ ਕਰੇ ਅਥਾ। ਅੰਤਰ ਤਾਂ ਅਗਨ ਦਾ ਭਾਬੜ ਵੜਦਾ ਹੈ ਉਹ ਪਿਆਰਿਆ, ਤੇ ਫਿਰ ਸਾਗਰ ਕਿਵੇਂ ਲੱਗੇਗਾ? ਦੁੱਧੇ ਦਾ ਮਨ ਕੀਤਾ ਮੈਂ ਦੁੱਧ ਛਕ ਲਵਾਂ, ਪਰ ਹੰਕਾਰ ਨੀ ਇਹਨੂੰ ਦੁੱਧ ਛਕਣ ਦਿੰਦਾ। ਕਹਿੰਦਾ, ਮਹਾਰਾਜ ਸਾਡੇ ਘਰ ਦੇ ਵਿੱਚੋਂ ਹੀ ਆਇਆ ਤੇ ਹੁਣ ਵੀ ਤੱਕ ਲਓ, ਜਦੋਂ ਵੀ ਡਾਲੀ ਵਾਲਾ ਨਾ ਤੁਹਾਡੇ ਘਰ ਦੇ ਵਿੱਚ ਆਵਾਜ਼ ਮਾਰਦਾ ਹੈ, ਉਹਦੇ ਮੁੱਖ ਦੇ ਵਿੱਚੋਂ ਵਾਹਿਗੁਰੂ ਸ਼ਬਦ ਨਿਕਲਦਾ ਹੈ। ਵਾਹਿਗੁਰੂ ਕਹਿ ਕੇ ਦੁੱਧ ਲੈ ਕੇ ਆਉਂਦਾ, ਵਾਹਿਗੁਰੂ ਕਹਿ ਕੇ ਪ੍ਰਸ਼ਾਦਾ ਲੈ ਕੇ ਆਉਂਦਾ। ਜਿਹੜਾ ਉਹ ਡਾਲੀ ਵਾਲੇ ਪ੍ਰਸ਼ਾਦੇ ਨੂੰ ਬਿਨਾਂ ਵਾਹਿਗੁਰੂ ਤੇ ਛਕਦਾ ਹੈ, ਉਹਨੂੰ ਬਰਬਾਦ ਵੀ ਕਰ ਦਿੰਦਾ। ਆਖੋ ਸਤਨਾਮ। ਜਿਹੜਾ ਉਹ ਅੰਮ੍ਰਿਤ ਛਕ ਕੇ ਸ਼ੁਕਰਾਨਾ ਕਰਕੇ ਛਕਦਾ, ਜਿਹੜਾ ਕਹਿੰਦਾ ਹੈ ਰਹਿਣ ਦਿਨ ਪ੍ਰਭਾਤ ਤੂੰ ਹੈ ਹੀ ਗਾਵਣਾ, ਜੀ ਜੰਤ ਸਰਬੱਤ ਨਾਉ ਤੇਰਾ ਧਿਆਵਣਾ, ਤੂੰ ਦਾਤਾ ਦਤਾਰ ਤੇਰਾ ਦਿੱਤਾ ਆਵਣਾ। ਉਹਦੇ ਖਾਤਰ ਅੰਮ੍ਰਿਤ ਵੜ ਜਾਂਦਾ ਹੈ ਡਾਲੀ ਵਾਲਾ ਪ੍ਰਸ਼ਾਦਾ। ਅੱਜ ਕੀ ਹੋਇਆ?
ਇਹਦੇ ਅੰਦਰ ਹੰਕਾਰ, ਮਹਾਰਾਜ ਜੀ ਕਹਿੰਦੇ ਏਦਾਂ ਕਰ ਜੇ ਨਹੀਂ ਛਕਣਾ। ਆ ਖਾਲੀ ਗੜਬਾ ਪਿਆ, ਉਹ ਸਾਹਮਣੇ ਨਦੀ ਚੱਲਦੀ ਹੈ, ਉਹਦੇ ਵਿੱਚੋਂ ਆ ਗੜਬਾ ਪਾਣੀ ਦਾ ਭਰ ਲਿਆ, ਹੱਥ ਸੁੱਚੇ ਕਰ ਲਵਾਂਗੇ। ਇਹ ਕਹਿੰਦਾ ਸੱਤ ਵਚਨ ਦੁੱਧ ਨਹੀਂ ਇਹਨੇ ਛਕਿਆ, ਵੀ ਤਾਂ ਸਾਡੇ ਘਰ ਚੋਂ ਹੀ ਆਇਆ। ਖਾਲੀ ਗੜਬਾ ਲੈ ਕੇ ਪਿਆਰਿਓ, ਜਦੋਂ ਨਦੀ ਦੇ ਵਿੱਚੋਂ ਭਰਨ ਲੱਗਿਆ, ਇਹਦੇ ਗੜਬੇ ਦੇ ਵਿੱਚ ਪਾਣੀ ਦੀ ਜਗ੍ਹਾ ਤੇ ਦੁੱਧ ਹੀ ਦੁੱਧ। ਇਹਨੇ ਤੱਕਿਆ, ਮਨਾ ਮੇਰੀਆਂ ਅੱਖਾਂ ਕਿਤੇ ਧੋਖਾ ਤਾਂ ਨਹੀਂ ਖਾਂਦੀਆਂ। ਇਹਨੇ ਦੁਬਾਰਾ ਦੁੱਧ ਦਾ ਗੜਬਾ ਡੋਲਿਆ, ਫੇਰ ਭਰਿਆ, ਇਹਦੇ ਵਿੱਚ ਦੁੱਧ ਹੀ ਦੁੱਧ। ਜਦੋਂ ਨਦੀ ਦੇ ਵੱਲ ਨਿਗਾਹ ਮਾਰੀ ਤੇ ਸਾਰੀ ਨਦੀ ਹੀ ਦੁੱਧ ਦੀ ਭਰੀ ਇਸ ਦੁੱਧੇ ਨੂੰ ਦਿਖੀ। ਗੁਰਦੁਆਰਾ ਹੀਰਾ ਘਾਟ ਤੱਕਿਆ ਨਾ ਤੁਸੀਂ ਹਜ਼ੂਰ ਸਾਹਿਬ, ਉੱਥੇ ਬਹਾਦਰ ਸ਼ਾਹ ਨੇ ਕਲਗੀਧਰ ਮਹਾਰਾਜ ਨੇ ਇੱਕ ਹੀਰਾ ਭੇਟ ਕਰ ਦਿੱਤਾ ਸੀ। ਕਲਗੀਧਰ ਮਹਾਰਾਜ ਜੀ ਨੇ ਉਹ ਹੀਰਾ ਨਦੀ ਵਿੱਚ ਸੁੱਟ ਦਿੱਤਾ। ਬਹਾਦਰ ਸ਼ਾਹ ਜਿਹੜਾ ਔਰੰਗਜ਼ੇਬ ਦਾ ਪੁੱਤਰ ਸੀ, ਉਹ ਗਿੱਲਾ ਜਿਹਾ ਕਰੇ ਮਹਾਰਾਜ ਦੇ ਉੱਤੇ ਹਰਖ ਕਰੇ। ਸਤਿਗੁਰੂ ਜੀ ਕਹਿੰਦੇ ਜਿਹੜਾ ਤੇਰਾ ਹੀਰਾ ਪਛਾਣ ਕੇ ਚੱਕ ਲੈ। ਉੱਥੇ ਗੁਰਦੁਆਰਾ ਹੀਰਾ ਘਾਟ ਬਣਿਆ ਹੋਇਆ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕਹਿ ਦਿੱਤਾ, ਪੁੱਤਰਾ ਲਿਆ ਗੜਬਾ ਭਰ ਕੇ। ਕਹਿੰਦਾ ਬਾਬਾ ਇਹ ਤਾਂ ਹੋਰੇ ਕੁੱਝ ਦਿਖੀ ਜਾਂਦਾ, ਦੁੱਧ ਹੀ ਦੁੱਧ। ਸਤਿਗੁਰੂ ਜੀ ਕਹਿੰਦੇ ਆ ਜਾ, ਇਹ ਤੇਰੇ ਵੱਸ ਦੀ ਗੱਲ ਨਹੀਂ, ਆ ਕੇ ਨਾ ਭਾਈ ਦੁੱਧਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪੈ ਗਿਆ। ਕੀ ਕਹਿਣ ਲੱਗਿਆ ਹੈ, ਬਲ ਟੁੱਟ ਗਿਆ ਮੇਰਾ ਜੀ, ਮੈਂ ਵਿੱਚ ਮੈਂ ਨਾ ਰਹੀ, ਮੈਂ ਹੋ ਗਿਆ ਤੇਰਾ ਜੀ, ਅਸੀਂ ਤੇਰੇ ਹੀ ਗੋਲੇ ਜੀ, ਮਾਫ ਕਰੀ ਮੇਰਾ ਵਾਲਿਆ ਫਿੱਕੇ ਬੋਲ ਜੋ ਬੋਲੇ ਜੀ। ਇੱਕ ਅਰਦਾਸ ਬੇਨਤੀ ਕਰੀਏ, ਜਿਵੇਂ ਭਾਈ ਦੋਦੇ ਨੂੰ ਬਖਸ਼ ਦਿੱਤਾ ਮਹਾਰਾਜ, ਸਾਡੀ ਵੀ ਝੋਲੀ ਦੇ ਵਿੱਚ ਬੰਦਗੀ ਪਾ ਦਿਓ। ਅਖੀਰਲੀ ਧਾਰਨ ਰਲ ਕੇ ਪੜੀਏ, ਪਾ ਦਿਓ ਦਾਤਾ ਜੀ ਮੈਨੂੰ ਖੈਰ ਵਾਤੇ ਦੀ, ਪਾਵੀ ਕਰਕੇ ਮਾਰ ਮੰਗਣਾ।
ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾਰ। ਸਾਰੀਆਂ ਸੰਗਤਾਂ ਦੇ ਕੋਲੋਂ ਮੈਂ ਦੋਵੇਂ ਹੱਥ ਜੋੜ ਕੇ ਹੋਈਆਂ ਭੁੱਲਾਂ ਦੀ ਮਾਫ਼ੀ ਮੰਗਦਾ ਜੀ। ਬਾਬਾ ਗੱਜਣ ਸ਼ਾਹ ਜੀ ਹੋਣਾ ਦੇ ਕੋਲੋਂ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਕੋਲੋਂ ਮਾਫ਼ੀ ਮੰਗਦਾ, ਅਤੇ ਸਤਿਗੁਰੂ ਜੀ ਅੱਗੇ ਤੋਂ ਕਿਰਪਾ ਕਰ ਦਿਓ ਸਾਨੂੰ ਸਾਰੇ ਜਾਣਿਆਂ ਨੂੰ ਤੁਹਾਡਾ ਕਥਾ ਕੀਰਤਨ ਵਿਚਾਰਾਂ ਕਰਨ ਦਾ ਬਲ ਬਖਸ਼ ਦਿਓ ਰਹੋ ਜੀ। ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੇ ਜਿਨ ਸਤਿਗੁਰ ਕੀ ਆਗਿਆ। ਸਤ ਸਤ ਕਰਮਾਨੀ, ਉੱਥੋਂ ਦੀ ਪ੍ਰਬੰਧ ਕਮੇਟੀ ਸਾਰਿਆਂ ਦਾ ਬਹੁਤ ਧੰਨਵਾਦ, ਜਿਹੜੇ ਹਰੇਕ ਪ੍ਰੋਗਰਾਮ ਦੇ ਵਿੱਚ ਮੈਨੂੰ ਸਪੈਸ਼ਲ ਤੌਰ 'ਤੇ ਸੁਨੇਹਾ ਦੇ ਕੇ ਤੁਹਾਡੇ ਦੀਦਾਰੇ ਕਰਵਾਉਂਦੇ ਨੇ, ਔਰ ਰਲ ਮਿਲ ਕੇ ਗੁਰ ਸਤੋਤਰ ਪੜ੍ਹੀਏ, ਉਸ ਤੋਂ ਉਪਰੰਤ ਅਰਦਾਸ ਵੇ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਜੀ, ਧੰਨ ਹੈ ਸਤਿ ਸ਼੍ਰੀ ਅਕਾਲ।
ਸਾਬਰ ਤਨ ਹੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ।